ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਉਹਨਾਂ ਦਾ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਚਾਹੁੰਦਾ, ਕਿਉਂਕਿ ਲਗਾਤਾਰ ਅਸੀਂ ਜਦ ਕੈਲੀਫੋਰਨੀਆ ਟ੍ਰਿਪ ਦੇ ਦੌਰਾਨ ਸੀਗੇ ਤਾਂ ਅਸੀਂ ਵੱਖ ਵੱਖ ਟਾਊਨਾਂ ਦੇ ਵਿੱਚ ਜਾ ਕੇ ਅਸੀਂ ਉੱਥੇ ਦੇ ਲੋਕਲ ਜਿਹੜੇ ਮੁੱਦੇ ਸੀਗੇ ਉਹ ਅਸੀਂ ਚੱਕਣ ਦੀ ਕੋਸ਼ਿਸ਼ ਕੀਤੀ, ਜਿਹਦੇ ਉੱਤੇ ਤੁਸੀਂ ਵੀ ਆਪਣਾ ਬਖੂਬੀ ਸਾਥ ਦਿੱਤਾ ਔਰ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ। ਖਡੂਰ ਸਾਹਿਬ ਦਾ ਅਸੀਂ ਮੁੱਦਾ ਲੈ ਕੇ ਆਏ ਸੀਗੇ ਤੁਹਾਡੀ ਖਿਦਮਤ ਦੇ ਵਿੱਚ, ਜਿੱਥੇ ਅਸੀਂ ਬੀਬੀ ਪਰਮਜੀਤ ਕੌਰ ਹੋਰਾਂ ਨੂੰ ਲੈ ਕੇ ਆਏ ਸੀਗੇ ਅਤੇ ਖਾਲੜਾ ਪਰਿਵਾਰ ਖਾਲੜਾ ਕੇਸ ਕੀ ਸੀਗਾ ਉਸ ਬਾਰੇ ਅਸੀਂ ਵਿਚਾਰ ਕੀਤਾ ਸੀਗਾ। ਸਾਨੂੰ ਕਈ ਸਾਰੀ ਮੇਲਸ ਉਸ ਦਰਮਿਆਨ ਆਈਆਂ ਔਰ ਕਈ ਸਾਰੇ ਜਿਹੜੇ ਸਾਡੇ NRI ਭਰਾ ਨੇ ਉਹਨਾਂ ਨੂੰ ਸਪੋਰਟ ਕਰਨ ਦੀ ਉਹਨਾਂ ਨੇ ਗੱਲ ਵੀ ਆਖੀ ਮੇਲ ਦੇ ਦੌਰਾਨ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਖਾਲੜਾ ਪਰਿਵਾਰ ਜਿਹੜਾ ਹੈਗਾ ਉਹ ਅੱਗੇ ਆਏ ਔਰ ਉਹਨਾਂ ਦੀ ਧੀ ਜਿਹੜੇ ਨਵਕਿਰਨ ਕੌਰ ਖਾਲੜਾ ਉਹਨਾਂ ਨੇ ਵੀ ਆਪਣੇ ਪ੍ਰਤੀਕਰਮ ਸਾਡੇ ਨਾਲ ਸ਼ੋਅ ਦੇ ਦਰਮਿਆਨ ਸਾਂਝੇ ਕੀਤੇ ਸੀਗੇ। ਅਤੇ ਨਾਲ ਹੀ ਖਡੂਰ ਸਾਹਿਬ ਤੋਂ ਜਿਹੜੀ ਹੁਣ ਸੀਟ ਜੇ ਗੱਲ ਅਸੀਂ ਕਰੀਏ ਤਾਂ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਹਨ ਅਤੇ ਉੱਥੇ ਬੀਬੀ ਪਰਮਜੀਤ ਕੌਰ ਖਾਲੜਾ ਉਮੀਦਵਾਰ ਹਨ ਪੰਜਾਬ ਏਕਤਾ ਪਾਰਟੀ ਤੋਂ। ਅਤੇ ਲੋਕ ਸਭਾ ਦਾ ਚੋਣਾਂ ਦਾ ਜਿਹੜਾ ਬਿਗੁਲ ਹੈ ਉਹ ਭਾਰਤ ਦੇ ਵਿੱਚ ਵੱਧ ਚੁੱਕਿਆ। 13 ਸੀਟਾਂ ਪੰਜਾਬ ਤੋਂ ਜਾਣਗੀਆਂ ਔਰ 13 ਸੀਟਾਂ ਦੇ ਉਮੀਦਵਾਰ ਕੌਣ ਹੋਣਗੇ ਵੱਖ ਵੱਖ ਪਾਰਲੀਮੈਂਟਰੀ ਸੀਟ ਤੋਂ, ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ। ਉੱਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਕੈਂਡੀਡੇਟ ਦੇ ਲਈ ਨਰਿੰਦਰ ਮੋਦੀ ਨੂੰ BJP ਦੀ ਤਰਫੋਂ ਮੁੜ ਤੋਂ PM ਕੈਂਡੀਡੇਟ ਥਾਪਿਆ ਗਿਆ ਅਤੇ ਨਾਲ ਹੀ ਉਹ ਵਾਰਾਣਸੀ ਤੋਂ ਆਪਣੀ ਜਿਹੜੀ ਚੋਣ ਹੈਗੇ ਨੇ ਉਹ ਲੜਨਗੇ। ਅਮਿਤ ਸ਼ਾਹ ਗਾਂਧੀ ਨਗਰ ਤੋਂ ਲੜਨਗੇ। ਜਿਹੜੇ ਐਜੂਕੇਸ਼ਨ ਮਿਨਿਸਟਰ ਰਹਿ ਚੁੱਕੇ ਉਹ ਆਪਣੀ ਜਿਹੜੀ ਸੀਟ ਹੈਗੀ ਹੈ ਉਹ ਅਮੇਠੀ ਤੋਂ ਲੜਨਗੇ। ਤਾਂ ਵੱਖ ਵੱਖ ਜਿਹੜੀ 180 ਉਮੀਦਵਾਰ ਹਾਲ ਫਿਲਹਾਲ ਦੇ ਵਿੱਚ BJP ਨੇ ਆਪਣੇ ਅਨਾਊਂਸ ਕਰ ਦਿੱਤੇ ਹਨ। ਜੇਕਰ ਅਸੀਂ ਵਾਪਸ ਪੰਜਾਬ ਆ ਜਾਂਦੇ ਹਾਂ ਤਾਂ ਅੰਮ੍ਰਿਤਸਰ ਨੂੰ ਲੈ ਕੇ ਇੱਕ ਵੱਡਾ ਸਸਪੈਂਸ ਹਜੇ ਬਣਿਆ ਹੋਇਆ। ਹਰਭਜਨ ਸਿੰਘ ਕ੍ਰਿਕਟਰ ਉਹਨਾਂ ਨੂੰ ਰਿਵਾਈਵ ਕੀਤਾ ਜਾ ਰਿਹਾ, ਸਨੀ ਦਿਓਲ ਨਾਲ ਗੱਲ ਕੀਤੀ ਜਾ ਰਹੀ ਹੈ। ਤਾਂ ਹੁਣ ਸਵਾਲ ਵੱਡਾ ਇੱਥੇ ਇਹ ਖੜ੍ਹਾ ਹੁੰਦਾ ਕਿ ਫਿਲਮ ਸਟਾਰ ਕੀ ਕ੍ਰਿਕਟਰਸ ਅੰਮ੍ਰਿਤਸਰ ਦੇ ਲੋਕਲ ਇਸ਼ੂਸ ਨੂੰ ਸਮਝਦੇ ਹਨ, ਕਿ ਅੰਮ੍ਰਿਤਸਰ ਦਾ ਭਵਿੱਖ ਉਹਨਾਂ ਦੇ ਹੱਥ 'ਚ ਹੈਗਾ, ਕਿਉਂਕਿ ਹਾਲ ਫਿਲਹਾਲ ਦੇ ਵਿੱਚ ਕਰਤਾਰਪੁਰ ਲਾਂਘਾ ਵੀ ਇੱਕ ਵੱਡਾ ਜਿਹੜਾ ਮਸਲਾ ਹੈਗਾ ਜ਼ਮੀਨੀ ਪੱਧਰ 'ਤੇ ਉਹ ਵੀ ਬਣਿਆ ਹੋਇਆ। ਅਤੇ ਅਟਾਰੀ ਬਾਰਡਰ ਔਰ ਵਾਗੇ ਬਾਰਡਰ ਤੋਂ ਸ਼ੁਰੂਆਤ ਹੋਣੀ ਹੈ ਅਤੇ ਅੰਮ੍ਰਿਤਸਰ ਦੀ ਕੌਨਸਟੀਟੂਐਂਸੀ ਜਿਹੜੀ ਹੈਗੀ ਉਹ ਵਿੱਚ ਆਏਗੀ। ਤਾਂ ਕਿਹੜਾ ਫੇਸ ਅੰਮ੍ਰਿਤਸਰ ਨੂੰ ਚਾਹੀਦਾ ਔਰ ਕਿਹੜਾ ਸਿਆਸਤਦਾਨ ਅੰਮ੍ਰਿਤਸਰ ਨੂੰ ਚਾਹੀਦਾ, ਇੱਕ ਵੱਡਾ ਸਵਾਲ ਇੱਥੇ ਇਹ ਬਣਿਆ ਹੋਇਆ। ਅਤੇ ਔਜਲਾ ਜੋ ਕਿ ਹਾਲ ਫਿਲਹਾਲ ਦੇ ਵਿੱਚ MP ਸੀਗੇ ਉਹਨਾਂ ਨੇ ਕੀ ਕੰਮ ਕੀਤਾ, ਜੇਕਰ ਤੁਸੀਂ ਅੰਮ੍ਰਿਤਸਰ ਨਾਲ ਸੰਬੰਧਿਤ ਰੱਖਦੇ ਹੋ ਤਾਂ ਤੁਸੀਂ ਸਾਨੂੰ ਜ਼ਰੂਰ ਕਾਲ ਕਰਕੇ ਇਹ ਵੀ ਦੱਸ ਸਕਦੇ ਹੋ। ਲੇਕਿਨ ਅੱਜ ਮੈਂ ਇੱਕ ਵੱਡੀ ਗੱਲ ਤੁਹਾਡੇ ਸਾਹਮਣੇ ਜ਼ਰੂਰ ਰੱਖਣਾ ਚਾਹੁੰਦਾ। ਇੱਕ ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ ਔਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ। ਇੱਕ MP ਦਾ ਸਟਿੰਗ ਜਾਰੀ ਹੋਇਆ ਹੈ ਔਰ ਉਸ MP ਨੇ ਸ਼ਰਮਸਾਰ ਕੀਤਾ ਹੈ ਪੰਜਾਬੀਆਂ ਨੂੰ, ਕਿਉਂਕਿ ਉਹ ਖੁਦ ਆਪ ਸੰਬੰਧਿਤ ਹੈਗੇ ਨੇ ਪੰਜਾਬ ਤੋਂ ਔਰ ਪੰਜਾਬ ਦੀ ਇਸ ਸੀਟ ਤੋਂ ਅਗਵਾਈ ਕਰਦੇ ਹਨ। ਉਹ ਮੈਂ ਸੀਟ ਤੁਹਾਨੂੰ ਦੱਸਾਂਗਾ ਕਿਹੜੀ ਸੀਟ ਹੈ, ਲੇਕਿਨ ਸਟਿੰਗ ਹੈ, ਓਪਰੇਸ਼ਨ ਜਾਰੀ ਹੋਇਆ ਕਿ ਵੱਖ ਵੱਖ ਜਿਹੜੇ ਮੀਡੀਆ ਹਾਊਸਿਸ ਹਨ ਹੁਣ ਉਹ ਜਾ ਕੇ ਜਿਹੜੇ ਵੀ MP ਵੱਸਦੇ ਹਨ ਪੰਜਾਬ ਦੇ ਵਿੱਚ ਜਾਂ ਫਿਰ ਪੰਜਾਬ ਤੋਂ ਬਾਹਰ, ਭਾਵੇਂ ਉੱਤਰ ਪ੍ਰਦੇਸ਼ ਦੇ ਹੋਣ, ਭਾਵੇਂ ਬਿਹਾਰ ਦੇ ਹੋਣ, ਭਾਵੇਂ ਦਿੱਲੀ ਦੇ ਨਾਲ ਸੰਬੰਧਿਤ ਰੱਖਦੇ ਹੋਣ, ਲੇਕਿਨ ਹੁਣ ਨਿਊਜ਼ ਚੈਨਲਸ ਦਾ ਵੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਜ਼ਿੰਮੇਵਾਰੀ ਬਣ ਗਈ ਹੈ। ਜਿਹੜੇ ਕਿ ਜ਼ਿੰਮੇਵਾਰ ਚੈਨਲ ਹਨ ਭਾਰਤ ਦੇ ਵਿੱਚ ਤਾਂ ਉਹਨਾਂ ਨੇ ਹੁਣ ਜਾ ਕੇ ਕਈ ਸਟਿੰਗਸ ਕਰਨੇ ਸ਼ੁਰੂ ਕੀਤੇ ਹਨ। ਇੱਕ ਸਟਿੰਗ ਜਿਹੜਾ ਉਹ ਜਨਤਕ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਔਰ TV ਚੈਨਲ ਦੇ ਉੱਤੇ ਵੀ, ਜਿਹੜਾ ਨਿੱਜੀ TV ਚੈਨਲ ਭਾਰਤ ਦੇ ਵਿੱਚ ਚੱਲਦਾ। ਸਟਿੰਗ ਇਹ ਕਹਿੰਦਾ ਕਿ ਹੁਣ ਜਿਹੜੇ MP ਨੇ ਜਿੱਤਣ ਦੇ ਲਈ ਟਿਕਟ ਲੈਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਸੀਂ ਇਹ ਤਾਂ ਹਮੇਸ਼ਾ ਭਾਰਤ ਦੇ ਵਿੱਚ ਸੁਣਿਆ ਕਿ ਟਿਕਟਾਂ ਜਿਹੜੀਆਂ ਹਨ ਉਹ ਵਿਕਾਊ ਹਨ, ਟਿਕਟਾਂ ਮੁੱਲ ਦੇ ਕੇ ਖਰੀਦੀਆਂ ਜਾਂਦੀਆਂ ਹਨ, ਅਸੀਂ ਇਹ ਲਗਾਤਾਰ ਮੀਡੀਆ ਦੇ ਵਿੱਚ ਸੁਣਦੇ ਹੋਏ ਆਏ ਹਾਂ। MP MLA ਮਿਊਂਸੀਪਲ ਕਾਰਪੋਰੇਟਰ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਔਰ ਟਿਕਟਾਂ ਖਰੀਦਣ ਦੇ ਲਈ, ਜਿੱਤਣ ਦੇ ਲਈ ਸ਼ਰਾਬ, ਉਸ ਤੋਂ ਬਾਅਦ ਪੈਸਿਆਂ ਦੀ ਹੇਰ ਫੇਰ, ਉਸ ਤੋਂ ਬਾਅਦ ਗੁੰਡਾ ਗਰਦੀ ਤੋਂ ਜੋ ਵੀ ਉਹਨਾਂ ਦੇ ਜੀ ਦੇ ਵਿੱਚ ਜੋ ਵੀ ਆਉਂਦਾ ਉਹ ਸਾਰੇ ਹਥਿਆਰ ਅਪਣਾਉਂਦੇ ਹਨ ਆਪਣੀ ਜਿੱਤ ਨੂੰ ਨਿਸ਼ਚਿਤ ਕਰਨ ਦੇ ਲਈ। ਲੇਕਿਨ ਸਵਾਲ ਵੱਡਾ ਇੱਥੇ ਇਹ ਬਣਦਾ ਕਿ ਫਿਰ ਤੋਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੇ ਵਿੱਚ ਉਹੀ ਕਾਲਾ ਦੌਰ ਸ਼ੁਰੂ ਹੋ ਗਿਆ ਔਰ ਉਹੀ ਲੋਕਤੰਤਰ ਦਾ ਘਾਣ ਹੋ ਰਿਹਾ ਜੋ ਕਿ ਪਹਿਲਾਂ ਚੱਲਦਾ ਸੀਗਾ। ਅਸੀਂ ਕਲੀਨ ਪੋਲੀਟਿਕਸ ਦੀ ਗੱਲ ਕਰਦੇ ਹਾਂ ਕਿ ਤੁਹਾਨੂੰ ਲੱਗਦਾ 2019 ਤੋਂ ਬਾਅਦ ਸਾਨੂੰ ਕਲੀਨ ਪੋਲੀਟਿਕਸ
ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇਗੀ। ਤੁਹਾਨੂੰ ਕੀ ਲੱਗਦਾ ਕਿ ਕਿਹੜੇ 13 MP ਹੋਣਗੇ ਜੋ ਕਿ ਪੰਜਾਬ ਦੀ ਨੁਮਾਇੰਦਗੀ ਕਰਨਗੇ? ਕਿ ਪੰਜਾਬ ਦੇ ਮਸਲੇ, ਪਾਣੀਆਂ ਦਾ ਮਸਲਾ, ਪੰਜਾਬ ਦੇ ਵਿੱਚ ਨਸ਼ਿਆਂ ਦਾ ਮਸਲਾ, ਪੰਜਾਬ ਦੇ ਵਿੱਚ ਜਵਾਨੀ ਦਾ ਮਸਲਾ, ਰੋਜ਼ਗਾਰ ਦਾ ਮਸਲਾ, ਸਿੱਖਿਆ ਦਾ ਮਸਲਾ, ਉਸ ਤੋਂ ਬਾਅਦ ਹੈਲਥ ਦਾ ਮਸਲਾ, ਕੋਈ ਅਜਿਹੇ MP ਹੋਣਗੇ ਜੋ ਕਿ ਚੱਕਣਗੇ ਪਾਰਲੀਮੈਂਟ ਦੇ ਵਿੱਚ? ਜੇ ਹੋਣਗੇ ਤਾਂ ਕੌਣ ਕੌਣ ਹੋਣਗੇ? ਲੇਕਿਨ ਇੱਕ MP ਨੇ ਇੰਨਾ ਸ਼ਰਮਸਾਰ ਕਰਤਾ, ਉਹ ਆਪ ਡਿਮਾਂਡ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਨੂੰ ਪੈਸਿਆਂ ਦੀ ਲੋੜ ਪੈਂਦੀ ਹੈ। ਔਰ ਸਾਹਮਣੇ ਜਿਹੜਾ ਸਟਿੰਗਰ ਸੀਗਾ, ਜੋ ਸਟਿੰਗ ਕਰ ਰਿਹਾ ਸੀਗਾ, ਉਹਨੇ ਇਹ ਸਵਾਲ ਪੁੱਛਿਆ ਕਿ ਸਾਡੇ ਕੋਲ ਕਹੀਂ ਤੁਹਾਡੇ ਇਸ ਕੌਨਸਟੀਟੂਐਂਸੀ ਦੇ ਪਾਰਲੀਮੈਂਟ ਤੋਂ ਕਈ ਬਿਜ਼ਨਸਮੈਨ ਨੇ, ਉਹ ਤੁਹਾਡੀ ਹੈਲਪ ਕਰਨਗੇ, ਸਪੋਰਟ ਕਰਨਗੇ, ਔਰ ਭਾਵੇਂ ਉਹਨਾਂ ਦੀ ਸਪੋਰਟ ਪੈਸਿਆਂ ਨਾਲ ਹੋਏ, ਭਾਵੇਂ ਉਹਨਾਂ ਦੀ ਸਪੋਰਟ ਤੁਹਾਨੂੰ ਜੋ ਵੀ ਤੁਹਾਡਾ ਖਰਚਾ ਇਲੈਕਸ਼ਨ ਦੇ ਵਿੱਚ ਆਏਗਾ, ਉਹ ਤੁਹਾਨੂੰ ਮਦਦ ਕਰਨਗੇ, ਕੀ ਤੁਸੀਂ ਉਹਨਾਂ ਦੇ ਕੰਮ ਕਰਵਾਓਗੇ? ਤਾਂ ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਸਾਨੂੰ ਮਿਲਵਾਓ ਉਹਨਾਂ ਦੇ ਨਾਲ, ਅਸੀਂ ਜ਼ਰੂਰ ਉਸ ਬਾਰੇ ਸੋਚਾਂਗੇ। ਨਿੱਜੀ ਚੈਨਲ ਹੈਗਾ ਭਾਰਤ ਦਾ, ਉਹਨੇ ਇਹ ਸਟਿੰਗ ਜਨਤਕ ਕੀਤਾ। ਮੈਂ ਇੱਕ ਵਾਰੀ ਜ਼ਰੂਰ ਤੁਹਾਨੂੰ, ਸੰਤੋਖ ਚੌਧਰੀ ਹਨ ਜੋ ਕਿ ਜਲੰਧਰ ਤੋਂ MP ਹਨ, ਉਹਨਾਂ ਦੇ ਨਾਲ ਇਹ ਸਟਿੰਗ ਹੋਇਆ, ਉਹ ਕੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ਇੱਕ ਵਾਰੀ ਆਪਾਂ ਸਟਿੰਗ ਚਲਾਉਣਾ ਚਾਹਾਂਗੇ। ਮੈਂ ਆਪਣੀ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਲੈਟਸ ਹੈਵ ਅ ਲੁੱਕ ਔਨ ਦੀ ਸਟਿੰਗ ਆਪਰੇਸ਼ਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰਦੇ ਹਾਂ, ਜਿਹੜੇ ਪਿਛਲੀ ਵਾਰ ਦੀ ਤਰ੍ਹਾਂ ਆਪਣੇ ਸੰਸਦੀ ਖੇਤਰ ਵਾਰਾਣਸੀ ਤੋਂ ਕਿਸਮਤ ਆਜ਼ਮਾਉਣਗੇ। ਦੂਜੇ ਨੰਬਰ ਦੀ ਗੱਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਕਰਦੇ ਹਾਂ, ਜਿਹੜੇ ਗਾਂਧੀ ਨਗਰ ਤੋਂ ਚੋਣ ਲੜਨਗੇ। ਤੁਹਾਨੂੰ ਦੱਸ ਦਈਏ ਕਿ ਗਾਂਧੀ ਨਗਰ ਜਿੱਥੋਂ ਲਾਲ ਕ੍ਰਿਸ਼ਨ ਅਡਵਾਨੀ ਟਿਕਟ ਚਾਹੁੰਦੇ ਸੀ, ਪਰ BJP ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਲਾਂਭੇ ਕਰਦਿਆਂ ਅਮਿਤ ਸ਼ਾਹ ਨੂੰ BJP ਕਾਂਗਰਸ ਅਲਾਟ ਕੀਤੀ ਹੈ। ਉਧਰ ਕਾਂਗਰਸ ਪ੍ਰਧਾਨ ਮੁੱਖ ਪਾਰਟੀਆਂ ਹੋਣਗੀਆਂ, ਸਮ੍ਰਿਤੀ ਇਰਾਨੀ ਅਮੇਠੀ ਤੋਂ ਲੜਨਗੇ, ਉੱਥੇ ਦੂਜੇ ਪਾਸੇ ਇਹਨਾਂ ਦੇ ਹੀ MP, 3 MPਾਂ ਦੇ ਸਟਿੰਗ ਜਾਰੀ ਹੋਏ ਹਨ। ਇੱਕ MP ਉੱਤਰ ਪ੍ਰਦੇਸ਼ ਤੋਂ, ਇੱਕ MP ਬਿਹਾਰ ਤੋਂ, ਔਰ ਇੱਕ MP ਜਿਨ੍ਹਾਂ ਦਾ ਸਟਿੰਗ ਜਨਤਕ ਹੋਇਆ ਉਹ ਜਲੰਧਰ ਪੰਜਾਬ ਤੋਂ। ਅਤੇ ਦੁਆਬਾ ਦੇ ਵਿੱਚ ਵਸਦੇ ਵਸਨੀਕਾਂ ਨੂੰ ਸ਼ਰਮਸਾਰ ਕੀਤਾ ਗਿਆ ਇਸ ਸਟਿੰਗ ਨੇ, ਔਰ ਡਿਮਾਂਡ ਕੀਤੀ ਜਾ ਰਹੀ ਹੈ ਦੁਆਬਾ ਦੇ ਵਸਨੀਕਾਂ ਵੱਲੋਂ, ਦੁਆਬਾ ਦੇ ਵੋਟਰਾਂ ਵੱਲੋਂ, ਕਿ ਇਸ MP ਨੂੰ ਟਿਕਟ ਮੁੜ ਤੋਂ ਨਾ ਦਿੱਤੀ ਜਾਵੇ। ਕਾਂਗਰਸ ਦੇ MP ਨੇ ਸੰਤੋਖ ਚੌਧਰੀ, ਅਤੇ ਮੈਂ ਹੁਣ ਦਰਖਾਸਤ ਕਰਾਂਗਾ ਟੀਮ ਨੂੰ ਕਿ ਇੱਕ ਵਾਰੀ ਉਹ ਸਟਿੰਗ ਵੀ ਜਨਤਕ ਕਰਨ, ਕੀ ਕੁਝ ਕਹਿੰਦੇ ਹੋਏ ਉਹ ਸਟਿੰਗ ਦੇ ਵਿੱਚ ਨਜ਼ਰ ਆ ਰਹੇ ਹਨ, ਉਹ ਵੀ ਆਪਾਂ ਇੱਕ ਵਾਰੀ ਵੇਖ ਲੈਂਦੇ। BJP ਨੇ ਅੱਜ ਕਰ ਦਿੱਤਾ ਹੈ, ਸੋ ਫਿਲਹਾਲ ਹੁਣ ਦੇਖਣਾ ਹੋਵੇਗਾ। ਤੇ ਮੈਂ ਚਾਹੁੰਦਾ ਕਿ ਅਸੀਂ ਇੱਕ ਵਾਰੀ ਉਹ ਸਟਿੰਗ ਦੇਖੀਏ, ਉਹ ਸਟਿੰਗ ਦੇ ਵਿੱਚ ਕੀ ਕੁਝ ਸੰਤੋਖ ਚੌਧਰੀ ਜਲੰਧਰ ਤੋਂ MP ਹਨ ਕਹਿੰਦੇ ਹੋਏ ਨਜ਼ਰ ਆਏ। ਅਗਰ ਆਪ ਬੋਲੇਂਗੇ ਤਾਂ ਮੈਂ ਸੋਚਤਾ ਹੂੰ ਆਪਕੇ ਸਾਥ ਕੁਛ ਪੋਲੀਟੀਕਲ ਫੰਡਿੰਗ ਵੀ ਹੋ ਜਾਏਗੀ, ਔਰ ਕੁਛ ਉਨਕੇ ਕਾਮ ਵਗੈਰਾ ਜੋ ਆਪ ਫਿਰ ਜਬ ਸੱਤਾ ਮੇਂ ਆਓ ਤੋ ਆਪ ਉਨਕੇ ਕਾਮ ਕਰਵਾ ਦੋ, ਬਤਾਓ ਲੜਾ ਦੋ। ਠੀਕ ਹੈ ਸਰ, ਸਰ ਹਮ ਯਹੀ ਚਾਹ ਰਹੇ ਥੇ ਕੁਛ ਹਮ ਵੀ ਕਮਾ ਲੇ, ਕੁਛ ਉਹ ਵੀ ਕਮਾ ਲੇਂਗੇ, ਕੁਛ ਫਾਇਦਾ ਆਪਕੋ ਵੀ ਹੋ ਜਾਏਗਾ। ਕੋਈ ਬਾਤ ਨਹੀਂ, ਤਾਂ ਪੈਸਿਆਂ ਦੀ ਗੱਲ ਕਰਦੇ ਹੋਏ ਸੰਤੋਖ ਚੌਧਰੀ ਨਜ਼ਰ ਆਏ। ਜਦ ਉਹਨਾਂ ਨੂੰ ਸਾਹਮਣੇ ਸਟਿੰਗ ਕਰਦੇ ਹੋਏ ਰਿਪੋਰਟਰ ਨੇ ਸਵਾਲ ਪੁੱਛਿਆ, ਤਾਂ ਉਹਨਾਂ ਨੇ ਕਿਹਾ ਕਿ ਹਾਂ ਤੁਸੀਂ ਮਿਲਵਾਓ ਸਾਨੂੰ, ਅਸੀਂ ਉਹਨਾਂ ਦੇ ਲਈ ਜ਼ਰੂਰ ਮਦਦ ਕਰਾਂਗੇ, ਜੋ ਬਣਦੀ ਮਦਦ ਹੋ ਸਕਦੀ ਹੈ ਅਸੀਂ ਜ਼ਰੂਰ ਕਰਾਂਗੇ। ਲੇਕਿਨ ਸਵਾਲ ਇੱਥੇ ਇਹ ਬਣਦਾ ਕਿ ਇਸ MP ਨੂੰ ਮੁੜ ਤੋਂ ਟਿਕਟ ਦੇਣੀ ਚਾਹੀਦੀ ਹੈ ਜਲੰਧਰ ਤੋਂ, ਔਰ 13 ਸੀਟਾਂ ਦੇ ਉੱਤੇ ਜਿਹੜੀ ਹਿਮਾਇਤ ਸ਼ੁਰੂ ਹੋਈ ਹੈ, ਔਰ ਖਾਸ ਤੌਰ 'ਤੇ ਹੌਟ ਸੀਟ ਹੈਗੀ ਹੈ ਹਾਲ ਫਿਲਹਾਲ ਦੇ ਵਿੱਚ ਇੰਟਰਨੈਸ਼ਨਲ ਪੱਧਰ 'ਤੇ ਸਿੱਖ ਡਾਇਸਪੋਰਾ ਦੇ ਲਈ, ਉਹ ਹੈਗੀ ਹੈ ਖਡੂਰ ਸਾਹਿਬ ਦੀ ਸੀਟ, ਅੰਮ੍ਰਿਤਸਰ ਦੀ ਸੀਟ, ਉਸ ਤੋਂ ਬਾਅਦ ਫਿਰੋਜ਼ਪੁਰ ਦੀ ਸੀਟ, ਜਲੰਧਰ ਦੀ ਸੀਟ, ਲੁਧਿਆਣੇ ਦੀ ਸੀਟ, ਗੁਰਦਾਸਪੁਰ ਦੀ ਸੀਟ। ਲੇਕਿਨ ਇਹਨਾਂ ਵਿੱਚੋਂ ਅਗਰ ਅਸੀਂ ਨਜ਼ਰ ਪਾਈਏ ਤਾਂ ਅੰਮ੍ਰਿਤਸਰ ਦੀ ਸੀਟ ਜਿਹੜੀ ਹੈਗੀ ਆ ਉਹ ਸਭ ਤੋਂ ਹੌਟ ਸੀਟ ਬਣੀ ਹੋਈ ਹੈ। ਅਤੇ 13 MP ਜਿਹੜੀ ਪੰਜਾਬ ਨੂੰ ਮਿਲਣਗੇ, ਜਿਹੜੇ 2019 ਦੇ ਵਿੱਚ ਜਿੱਤ ਕੇ ਸਾਹਮਣੇ ਆਉਣਗੇ, ਕਿਹੜੇ ਕਿਹੜੇ MP ਤੁਹਾਨੂੰ ਲੱਗਦਾ ਕਿ ਇਸ ਸੀਟ ਤੋਂ ਹੋਣੇ ਚਾਹੀਦੇ ਹਨ, ਜੋ ਹਾਲ ਫਿਲਹਾਲ ਦੇ ਵਿੱਚ ਜੋ ਹਨ, ਤੁਹਾਨੂੰ ਲੱਗਦਾ ਕਿ ਮੁੜ ਤੋਂ ਉਹਨਾਂ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ, ਔਰ ਮੁੜ ਤੋਂ ਉਹ ਉਸੀ ਪਾਰਟੀ ਤੋਂ ਜਿੱਤ ਕੇ ਸਾਹਮਣੇ ਆਉਣੇ ਚਾਹੀਦੇ ਹਨ? ਜੇਕਰ ਆਉਣੇ ਚਾਹੀਦੇ ਹਨ ਤਾਂ ਕਿਉਂ ਆਉਣੇ ਚਾਹੀਦੇ ਹਨ, ਔਰ ਜੇਕਰ ਜਿੱਤਣਾ ਚਾਹੀਦਾ ਤਾਂ ਕਿਉਂ ਜਿੱਤਣਾ ਚਾਹੀਦਾ? ਮੈਂ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਕਾਂਗਰਸ ਦੇ ਸੀਨੀਅਰ ਲੀਡਰ ਹਨ, ਉਹਨਾਂ ਨੂੰ ਮੈਂ ਜ਼ਰੂਰ ਲਵਾਂਗਾ, ਓਵਰਸੀਜ਼ ਕਾਂਗਰਸ ਦੀ ਹਿਮਾਇਤ ਕਰਦੇ ਹਨ, ਹਾਲ ਫਿਲਹਾਲ ਦੇ ਵਿੱਚ ਉਹਨਾਂ ਨੂੰ ਪ੍ਰੈਜ਼ੀਡੈਂਟ ਵੀ ਥਾਪਿਆ ਗਿਆ, ਮਿਲਾਵਾਂਗਾ ਉਹਨਾਂ ਨਾਲ ਇਸ ਬ੍ਰੇਕ ਤੋਂ ਬਾਅਦ। ਦੋਸਤੋ ਮੁੜ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ, ਅਤੇ ਲਗਾਤਾਰ ਅਸੀਂ ਜਿੱਥੇ ਗੱਲ ਕਰ ਰਹੇ ਸੀਗੇ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਜਲੰਧਰ ਦੇ ਵਿੱਚ ਸਟਿੰਗ ਜਨਤਕ ਹੋਇਆ, ਉਸ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ MPਾਂ ਦੇ ਉੱਤੇ, ਅਤੇ ਸੰਤੋਖ ਚੌਧਰੀ ਜੋ ਕਿ MP ਸੀਗੇ ਜਲੰਧਰ ਤੋਂ, ਉਹ ਕਹਿੰਦੇ ਹੋਏ ਸਾਫ਼ ਨਜ਼ਰ ਆ ਰਹੇ ਹਨ ਕਿ ਸਾਨੂੰ ਲੋੜ ਹੈਗੀ ਹੈ ਉਹਨਾਂ ਲੋਕਾਂ ਦੀ ਜੋ ਕਿ
ਸਾਨੂੰ ਪੈਸੇ ਦੇਣ, ਪਾਰਟੀ ਫੰਡ ਦੇਣ, ਲੇਕਿਨ ਪਾਰਟੀ ਫੰਡ ਔਰ ਪੈਸੇ ਮੰਗਣਾ ਇੱਕ ਦੋ ਵੱਖਰੀਆਂ ਗੱਲਾਂ ਹੋ ਜਾਂਦੀਆਂ ਹਨ। ਅਤੇ ਜੇਕਰ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਕਿਸ ਤਰੀਕੇ ਨਾਲ ਜਨਤਾ ਤੋਂ ਜਾਂ ਫਿਰ ਜੋ ਵੀ ਉਹਨਾਂ ਦੇ ਕੋਲ ਹਿਮਾਇਤੀ ਜਾ ਰਿਹਾ ਉਹ ਇਨਡਾਇਰੈਕਟਲੀ ਮੰਗੇ ਜਾਂਦੇ ਹਨ ਕਿ ਤੁਹਾਡਾ ਕੰਮ ਹੋ ਜਾਏਗਾ, ਤੁਸੀਂ ਸਾਨੂੰ ਸਪੋਰਟ ਕਰੋ ਇਲੈਕਸ਼ਨ ਦੇ ਵਿੱਚ। ਤਾਂ ਵੱਡੀ ਗੱਲ ਇੱਥੇ ਇਹ ਬਣਦੀ ਹੈ ਕਿ ਜਿਹੜਾ ਦੌਰ ਪੰਜਾਬ ਪਹਿਲਾਂ ਹੀ ਵੇਖ ਚੁੱਕਿਆ ਜਿਹਦੇ ਵਿੱਚ ਸਾਨੂੰ ਉਹ ਐਮ ਪੀਜ਼ ਉਹਨਾਂ ਦੀ ਹਿਮਾਇਤ ਉਹ ਕਿਸ ਗੱਲ ਦੇ ਉੱਤੇ ਆਪਣੀ ਪੈਰਵੀ ਕਰ ਰਹੇ ਹਨ ਉਹ ਸਾਨੂੰ ਕਦੀ ਨਹੀਂ ਮਿਲੇ। ਲੇਕਿਨ ਹੁਣ ਜਿਹੜੇ 13 ਐਮ ਪੀ ਚੁਣ ਕੇ ਜਾਣਗੇ ਉਹਨਾਂ ਦੇ ਮਨਾਂ ਦੇ ਵਿੱਚ, ਉਹਨਾਂ ਦੇ ਦਿਲਾਂ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਹੋਣਗੇ ਔਰ ਕਿਸ ਐਮ ਪੀ ਨੂੰ ਕਿੱਥੋਂ ਟਿਕਟ ਮਿਲਣੀ ਚਾਹੀਦੀ ਹੈ ਔਰ ਉਹ ਜਿੱਤਣਾ ਚਾਹੀਦਾ ਹੈ, ਹਾਲ ਫਿਲਹਾਲ ਦੇ ਵਿੱਚ ਇੱਕ ਵੱਡਾ ਸਵਾਲ ਇੱਥੇ ਬਣਿਆ ਹੋਇਆ। ਪ੍ਰਧਾਨ ਮੰਤਰੀ ਮੋਦੀ ਆਪਣੇ ਸਾਰੇ ਵਜ਼ੀਰਾਂ ਨੂੰ ਮੁੜ ਤੋਂ ਜੋ ਕਿ ਜਿੱਤ ਕੇ ਪਹਿਲਾਂ ਆ ਚੁੱਕੇ ਹਨ 2014 ਦੇ ਵਿੱਚ, ਤਾਂ ਮੀਡੀਆ ਰਿਪੋਰਟ ਇਹ ਦੱਸਦੀ ਹੈ ਕਿ ਉਹਨਾਂ ਨੂੰ ਮੁੜ ਤੋਂ ਟਿਕਟ ਮਿਲ ਸਕਦੀ ਹੈ, ਨਵੇਂ ਫੇਸਿਸ ਹੋ ਸਕਦੇ ਹਨ। ਲੇਕਿਨ ਸਭ ਤੋਂ ਹੌਟ ਸੀਟ ਮੰਨੀ ਜਾਣ ਵਾਲੀ ਅੰਮ੍ਰਿਤਸਰ ਦੀ ਸੀਟ, ਗੁਰੂ ਰਾਮਦਾਸ ਨਗਰੀ, ਉੱਥੋਂ ਦੀ ਕੌਣ ਉਮੀਦਵਾਰ ਹੋਏਗਾ? ਜੇਕਰ ਕਾਂਗਰਸ ਦੀ ਤਰਫੋਂ ਮੁੜ ਤੋਂ ਔਜਲਾ ਹੋਰਾਂ ਨੂੰ ਹੀ ਟਿਕਟ ਦਿੱਤੀ ਜਾਏਗੀ, ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ, ਨਵਜੋਤ ਸਿੰਘ ਸਿੱਧੂ ਉਹਨਾਂ ਦੀ ਧਰਮ ਪਤਨੀ, ਅਤੇ ਨਾਲ ਔਜਲਾ ਹੋਰਾਂ ਨੂੰ ਵੀ ਟਿਕਟ ਮੁੜ ਤੋਂ ਮਿਲ ਸਕਦੀ ਹੈ। ਲੇਕਿਨ ਦੋਨਾਂ ਦੇ ਵਿੱਚ ਕਿਹਨੂੰ ਟਿਕਟ ਮਿਲੇਗੀ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਵੀ ਲੜ ਸਕਦੇ ਹਨ ਅਤੇ ਹੁਣ ਹੈ ਹਾਈ ਕਮਾਂਡ ਜਿਹੜਾ ਉਹ ਡਿਸਾਈਡ ਕਰੇਗੀ ਫਿਲਹਾਲ। ਲੇਕਿਨ ਜਦ ਅਸੀਂ ਇਸ ਸਟਿੰਗ ਦੀ ਗੱਲ ਕਰਦੇ ਹਾਂ ਤਾਂ ਇਹ ਦੁਆਬਾ ਰੀਜਨ ਦੇ ਵਸਨੀਕਾਂ ਲਈ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੰਦਾ। ਮੈਂ ਇੱਕ ਵਾਰੀ ਟੀਮ ਨੂੰ ਫਿਰ ਤੋਂ ਦਰਖਵਾਸਤ ਕਰਾਂਗਾ ਕਿ ਅਸੀਂ ਸਟਿੰਗ ਨੂੰ ਮੁੜ ਤੋਂ ਚਲਾਈਏ ਔਰ ਇੱਕ ਵਾਰੀ ਦੇਖੀਏ ਕਿ ਸੰਤੋਖ ਚੌਧਰੀ ਕੀ ਬੋਲਦੇ ਹੋਏ ਨਜ਼ਰ ਆ ਰਹੇ ਹਨ ਇਸ ਸਟਿੰਗ ਦੇ ਵਿੱਚ। ਅਗਰ ਆਪ ਬੋਲੇਂਗੇ ਤੋ ਮੈਂ ਸੋਚਤਾ ਹੂੰ ਕਿ ਆਪਕੇ ਸਾਥ ਕੁਛ ਪੋਲੀਟੀਕਲ ਫੰਡਿੰਗ ਵੀ ਹੋ ਜਾਏਗੀ ਔਰ ਕੁਛ ਉਨਕੇ ਕਾਮ ਵਗੈਰਾ ਜੋ ਆਪ ਫਿਰ ਜਬ ਸੱਤਾ ਮੇਂ ਆਓ ਤੋ ਆਪ ਉਨਕੇ ਕਾਮ ਕਰਵਾ ਦੋ, ਬਤਾਓ ਲੜਾ ਦੋ। ਠੀਕ ਹੈ ਸਰ, ਸਰ ਹਮ ਯਹੀ ਚਾਹ ਰਹੇ ਥੇ ਕੁਛ ਹਮ ਵੀ ਕਮਾ ਲੇ ਕੁਛ ਵੋ ਵੀ ਕਮਾ ਲੇਂਗੇ, ਕੁਛ ਫਾਇਦਾ ਆਪਕੋ ਵੀ ਹੋ ਜਾਏਗਾ। ਕੋਈ ਬਾਤ ਨਹੀਂ। ਤਾਂ ਤੁਸੀਂ ਵੇਖਿਆ ਕਿ ਪੈਸਿਆਂ ਦੀ ਖਾਤਰ ਇਹਨਾਂ ਨੇ 5 ਸਾਲ ਜੋ ਕੰਮ ਪੰਜਾਬ ਦੇ ਖੇਤਰ ਜਲੰਧਰ ਦੇ ਵਿੱਚ ਹੋਣਾ ਚਾਹੀਦਾ ਸੀਗਾ ਉਹ ਪ੍ਰੋਗਰੈਸਿਵ ਨਹੀਂ ਹੋਇਆ ਔਰ ਕਦੀ ਵੀ ਅਸੀਂ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੁੱਦਿਆਂ ਲਈ ਬੋਲਦੇ ਹੋਏ ਨਹੀਂ ਵੇਖਿਆ। ਅਗਰ ਅਸੀਂ ਵੇਖਿਆ ਤਾਂ ਭਗਵੰਤ ਮਾਨ ਨੂੰ, ਚਲੋ ਬੋਲਦੇ ਹੋਏ ਵੇਖਿਆ, ਅਸੀਂ ਵੇਖਿਆ ਤਾਂ ਹਰਸਿਮਰਤ ਕੌਰ ਬਾਦਲ ਨੂੰ ਬੋਲਦੇ ਹੋਏ ਦੇਖਿਆ, ਚੰਦੂ ਮਾਜਰਾ ਹੋਰਾਂ ਨੂੰ ਬੋਲਦੇ ਹੋਏ ਦੇਖਿਆ। ਲੇਕਿਨ ਇਹ ਜਿਹੜੇ ਐਮ ਪੀ ਹਨ ਜਦ ਗੱਲ ਆਉਂਦੀ ਹੈ ਪੰਜਾਬ ਦੇ ਮਸਲਿਆਂ ਦੀ ਤਾਂ ਇਹ ਕਿੱਥੇ ਗਾਇਬ ਹੋ ਜਾਂਦੇ ਹਨ ਔਰ ਜਦ ਮੁੜ ਤੋਂ ਇਹਨਾਂ ਨੂੰ ਟਿਕਟ ਚਾਹੀਦੀ ਹੁੰਦੀ ਹੈ ਔਰ ਜਦ ਮੁੜ ਤੋਂ ਇਹਨਾਂ ਨੂੰ ਜਿੱਤਣਾ ਹੁੰਦਾ ਤਾਂ ਫਿਰ ਅਜਿਹੇ ਸਟਿੰਗ ਇਹਨਾਂ ਦੇ ਸਾਹਮਣੇ ਆਉਂਦੇ ਹਨ ਜਿੱਥੇ ਇਹ ਦੁਆਬਾ ਦੇ ਵਸਨੀਕਾਂ ਨੂੰ ਤਾਂ ਸ਼ਰਮਸਾਰ ਕਰਦੇ ਹਨ ਨਾਲੇ ਆਪਣੀ ਵੀ ਛਵੀ ਨੂੰ ਸ਼ਰਮਸਾਰ ਕਰਦੇ ਹਨ। ਅਤੇ ਕਾਂਗਰਸ ਦੇ ਐਮ ਪੀ ਸਾਫ ਤੌਰ 'ਤੇ ਪੈਸੇ ਮੰਗਦੇ ਹੋਏ ਨਜ਼ਰ ਆ ਰਹੇ ਹਨ। 2-3 ਹੋਰ ਐਮ ਪੀ ਹਨ ਜਿਨ੍ਹਾਂ ਦੇ ਸਟਿੰਗ ਜਨਤਕ ਕੀਤੇ ਹਨ, ਇੱਕ ਬੀ ਜੇ ਪੀ ਦਾ, ਇੱਕ ਹੋਰ ਪਾਰਟੀ ਦਾ ਅਤੇ ਵੱਖ ਵੱਖ ਪਾਰਟੀਆਂ ਦੇ ਹੁਣ ਜਿਹੜੇ ਆਗੂ ਹਨ ਉਹ ਜਨਤਕ ਹੋ ਰਹੇ ਹਨ ਲੋਕਾਂ ਦੇ ਸਾਹਮਣੇ। ਸਵਾਲ ਵੱਡਾ ਇੱਥੇ ਇਹੀ ਹੈ ਕਿ ਅਸੀਂ ਕਿਸ ਐਮ ਪੀ ਦੇ ਉੱਤੇ ਭਰੋਸਾ ਕਰੀਏ। ਖਡੂਰ ਸਾਹਿਬ ਦੀ ਸੀਟ ਜਿਹੜੀ ਹੈ, ਅਗਰ ਆਪਾਂ ਮੁੜ ਤੋਂ ਉਸ ਬਾਰੇ ਵਿਚਾਰ ਕਰੀਏ ਤਾਂ ਇੰਟਰਨੈਸ਼ਨਲ ਪੱਧਰ 'ਤੇ ਇਹ ਵੀ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਕਿ ਕਾਂਗਰਸ ਨੂੰ ਕੋਈ ਵੀ ਉਮੀਦਵਾਰ ਉੱਥੋਂ ਖੜ੍ਹਾ ਹੀ ਨਹੀਂ ਕਰਨਾ ਚਾਹੀਦਾ। ਜੇਕਰ ਕਾਂਗਰਸ ਵਾਕੇ ਹੀ ਸੋਚਦੀ ਹੈ ਕਿ ਅਸੀਂ ਸਿੱਖ ਮਸਲਿਆਂ ਨੂੰ ਲੈ ਕੇ ਔਰ ਸਿੱਖ ਵਿਸ਼ਿਆਂ ਨੂੰ ਲੈ ਕੇ, ਧਰਮ ਦੇ ਮਸਲਿਆਂ ਨੂੰ ਲੈ ਕੇ ਅਸੀਂ ਵਚਨਬੰਧਾਂ, ਤਾਂ ਇੰਟਰਨੈਸ਼ਨਲ ਪ੍ਰੈਸ਼ਰ ਇਹ ਕ੍ਰੀਏਟ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਵੀ ਆਪਣਾ ਕੋਈ ਕੈਂਡੀਡੇਟ ਨਾ ਖੜ੍ਹਾ ਕਰੇ ਅਤੇ ਉਸ ਤੋਂ ਦੂਜੇ ਪਾਸੇ ਕਾਂਗਰਸ ਵੀ ਆਪਣਾ ਕੋਈ ਕੈਂਡੀਡੇਟ ਨਾ ਖੜ੍ਹਾ ਕਰੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਬੀਬੀ ਜਗੀਰ ਕੌਰ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਪਰਮਜੀਤ ਕੌਰ ਖਾਲਰਾ ਉੱਥੋਂ ਦੀ ਪੰਜਾਬ ਏਕਤਾ ਪਾਰਟੀ ਤੋਂ ਲੜ ਰਹੇ ਹਨ। ਤਾਂ ਇਹ ਇੱਕ ਖਡੂਰ ਸਾਹਿਬ ਦੀ ਸੀਟ ਦਾ ਮਸਲਾ ਹੋ ਗਿਆ। ਹੁਣ ਅਸੀਂ ਆ ਜਾਈਏ ਅੰਮ੍ਰਿਤਸਰ ਦੀ ਸੀਟ ਦੇ ਮਸਲੇ ਦੇ ਉੱਤੇ, ਅਤੇ ਅੰਮ੍ਰਿਤਸਰ ਦੀ ਸੀਟ ਦੇ ਲਈ ਕਿਹਨੂੰ ਟਿਕਟ ਮਿਲਣੀ ਚਾਹੀਦੀ ਹੈ ਔਰ ਕਿਹੜਾ ਰਿਪ੍ਰੈਜੈਂਟੇਟਿਵ ਜੋ ਕਿ ਹਿਮਾਇਤ ਕਰੇ ਅੰਮ੍ਰਿਤਸਰ ਦੀ ਜਾ ਕੇ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਜਾ ਕੇ ਹੁਣ ਹਾਲ ਫਿਲਹਾਲ ਦੇ ਵਿੱਚ ਜਿਹੜੀ ਕਨੈਕਟਿੰਗ ਫਲਾਈਟ ਹੈਗੀ ਹੈ ਅੰਮ੍ਰਿਤਸਰ ਤੋਂ ਕੈਨੇਡਾ ਦੀ, ਤਾਂ ਉਹ ਇੱਕ ਫਲਾਈਟ ਦੇ ਉੱਤੇ ਜਿਹੜਾ ਵੱਡਾ ਮਸਲਾ ਸੀਗਾ ਉਹ ਕਿਤੇ ਨਾ ਕਿਤੇ ਸੁਰਖੀਆਂ ਦੇ ਵਿੱਚ ਆਇਆ, ਡਾਇਰੈਕਟ ਫਲਾਈਟ ਦਾ ਮਸਲਾ ਜਿਹੜਾ ਸੀਗਾ ਉਹ ਵੀ ਸੁਰਖੀਆਂ ਦੇ ਵਿੱਚ ਆਇਆ। ਤਾਂ ਇੱਕ
एमपी ਨੂੰ ਕੀ ਕਰਨਾ ਚਾਹੀਦਾ ਆਪਣੀ ਪਾਰਲੀਮੈਂਟਰੀ ਸੀਟ ਦੇ ਲਈ। ਤੇ ਹੁਣ ਉੱਥੇ ਜੇਕਰ ਅਸੀਂ ਜਲੰਧਰ ਦੀ ਗੱਲ ਕਰ ਲਈਏ ਤਾਂ ਹੁਣ ਜਦ ਸੰਤੋਖ ਚੌਧਰੀ ਦਾ ਸਟਿੰਗ ਜਨਤਕ ਹੁੰਦਾ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਰਿਪ੍ਰੈਜ਼ੈਂਟੇਟਿਵ ਨੂੰ ਟਿਕਟ ਮਿਲਣੀ ਚਾਹੀਦੀ ਹੈ? ਤਾਂ ਹੁਣ ਬੀਜੇਪੀ ਗੇਨ ਕਰਨ ਦੀ ਖਾਤਰ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰੇਗੀ? ਕਾਂਗਰਸ ਪੰਜਾਬ ਦੇ ਵਿੱਚ ਪਹਿਲਾਂ ਵਿਧਾਨ ਸਭਾ ਚੋਣਾਂ ਉਹਨਾਂ ਨੇ ਜਿੱਤੀਆਂ, ਮਿਊਂਸੀਪਲ ਦੀ ਚੋਣਾਂ ਉਹਨਾਂ ਨੇ ਜਿੱਤੀਆਂ, ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਉਹਨਾਂ ਨੇ ਜਿੱਤੀਆਂ, ਪੰਚਾਇਤ ਦੀਆਂ ਪੰਚਾਇਤੀ ਚੋਣਾਂ ਉਹਨਾਂ ਨੇ ਜਿੱਤੀਆਂ। ਤਾਂ ਕਾਂਗਰਸ ਵੀ ਚਾਹੇਗੀ ਕਿ ਅਸੀਂ ਵੀ 13 ਸੀਟਾਂ ਦੇ ਉੱਤੇ ਆਪਣਾ ਕਬਜ਼ਾ ਕਰੀਏ। ਸ਼੍ਰੋਮਣੀ ਅਕਾਲੀ ਦਲ ਤੁਸੀਂ ਕਿੱਥੇ ਵੇਖਦੇ ਹੋ? ਬੇਅਦਬੀ ਮਾਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਕੀ ਹੈ? ਉਸ ਤੋਂ ਬਾਅਦ ਜਦਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਂਦੇ ਤਾਂ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ? ਵੱਡੇ ਸਵਾਲ ਬਣੇ ਹੋਏ ਹਨ, ਲਵਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਬ੍ਰੇਕ ਤੋਂ ਬਾਅਦ। ਅਤੇ ਜੀ ਐਮ ਪੀ ਬਕਾਊ ਹਨ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਨਵੇਂ ਨਿਯੁਕਤ ਕੀਤੇ ਗਏ ਰਾਹੁਲ ਗਾਂਧੀ ਵੱਲੋਂ ਪ੍ਰੈਜ਼ੀਡੈਂਟ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੋਹਿੰਦਰ ਸਿੰਘ ਗਿਲਜੀਆ। ਗਿਲਜੀਆ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ, ਔਰ ਬਹੁਤ ਬਹੁਤ ਤੁਹਾਨੂੰ ਵਧਾਈ ਕਿ ਤੁਹਾਨੂੰ ਪ੍ਰੈਜ਼ੀਡੈਂਟ ਥਾਪਿਆ ਗਿਆ। ਕੀ ਕੀ ਜ਼ਿੰਮੇਵਾਰੀ ਲੈ ਕੇ ਮੈਦਾਨ ਦੇ ਵਿੱਚ ਉਤਰੇ ਹੋ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ? ਹੈਲੋ, ਜਸ ਪੰਜਾਬੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੋਹਿੰਦਰ ਸਿੰਘ ਜੀ, ਮੈਂ ਕਹਿ ਰਿਹਾ ਕਿਹੜੀ ਕਿਹੜੀ ਜ਼ਿੰਮੇਵਾਰੀ ਲੈ ਕੇ ਉਤਰੇ ਹੋ ਮੈਦਾਨ ਦੇ ਵਿੱਚ? ਦੇਖੋ ਜੀ, ਅਸੀਂ ਤੇ ਹਰ ਟਾਈਮ ਤਿਆਰ ਰਹਿੰਦੇ ਹਾਂ ਆਪਣੇ, ਅਸੀਂ ਤੇ ਸਾਲ ਪਹਿਲਾਂ ਦੀ ਤਿਆਰੀ ਕਰਕੇ ਬੈਠੇ ਹਾਂ। ਓਕੇ, ਤੇ ਕਿਹਨੂੰ ਪ੍ਰਧਾਨ ਮੰਤਰੀ ਬਣਾ ਰਹੇ ਹੋ ਯੂਪੀਏ ਤੋਂ? ਸ਼੍ਰੀ ਰਾਹੁਲ ਗਾਂਧੀ ਜੀ ਨੂੰ। ਅੱਛਾ, ਸ਼੍ਰੀ ਰਾਹੁਲ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਹੋਣਗੇ, ਔਰ ਅਸੀਂ ਬੜੀ ਵੱਡੀ ਮੈਜੋਰਿਟੀ ਲੈ ਕੇ ਜਿੱਤਾਂਗੇ ਔਰ ਸਰਕਾਰ ਬਣਾਵਾਂਗੇ ਯੂਪੀਏ 3। ਓਕੇ, ਤੇ ਸੰਤੋਖ ਚੌਧਰੀ ਹੋਰਾਂ ਦਾ ਕੀ ਕਰ ਰਹੇ ਹੋ, ਜਲੰਧਰ ਦੇ ਐਮ ਪੀ ਤੁਹਾਡੇ? ਉਹ ਦੁਬਾਰਾ ਮੈਂਬਰ ਪਾਰਲੀਮੈਂਟ ਬਣਗੇ ਤੇ ਭਾਰਤੀ ਪਾਰਲੀਮੈਂਟ ਜਾਣਗੇ। ਅੱਛਾ, ਉਹਨਾਂ ਨੂੰ ਟਿਕਟ ਦੇ ਰਹੇ ਹੋ? ਬਿਲਕੁਲ, ਮੇਰੇ ਖਿਆਲ ਪਾਰਟੀ ਨੇ ਕਲੀਅਰ ਕੀਤਾ ਕਿ ਸਿਟਿੰਗ ਜਿਹੜੇ ਮੈਂਬਰ ਪਾਰਲੀਮੈਂਟ ਸਾਰਿਆਂ ਨੂੰ ਟਿਕਟ ਦਿੱਤੀ ਜਾਏਗੀ। ਠੀਕ ਹੈ, ਤੇ ਫਿਰ ਜਿਹੜਾ ਸਟਿੰਗ ਉਹਨਾਂ ਦਾ ਜਨਤਕ ਹੋਇਆ, ਪੈਸੇ ਮੰਗਦੇ ਹੋਏ ਨਜ਼ਰ ਆ ਰਹੇ ਨੇ ਕਿ ਮੈਨੂੰ ਪੈਸੇ ਦਿਓ ਔਰ ਆਪਣਾ ਕੰਮ ਕਰਵਾਓ? ਪਰ ਮੈਨੂੰ, ਮੈਂ ਦੇਖਿਆ ਨੀ ਆਪਣੇ ਸਰ ਜੀ ਸਟਿੰਗ ਜਿਹੜੀ ਤੁਸੀਂ ਗੱਲ ਕਰ ਰਹੇ, ਮੈਂ ਕੋਈ ਸਟਿੰਗ ਨਹੀਂ ਦੇਖਿਆ, ਮੈਂ ਕੱਲ ਦਾ ਬਿਜੀ ਸੀ। ਚਲੋ, ਤੁਹਾਨੂੰ ਭੇਜ ਦਿੰਦੇ ਹਾਂ, ਤੁਹਾਨੂੰ ਭੇਜ ਦਿੰਦੇ ਹਾਂ ਉਹ ਸਟਿੰਗ, ਫਿਰ ਤੁਹਾਡਾ ਉਹਦੇ 'ਚ ਵੀ ਕਮੈਂਟ ਲੈ ਲਾਂਗੇ। ਹਾਂ, ਦੇਖੋ ਭੇਜ ਦਿਓ ਮੈਨੂੰ ਸਟਿੰਗ, ਮੈਂ ਦੇਖਿਆ ਨਹੀਂ ਹੈਗਾ, ਸੋਰੀ। ਅੱਛਾ, ਇੱਕ ਮੈਨੂੰ ਗੱਲ ਹੋਰ ਦੱਸੋ ਮੋਹਿੰਦਰ ਸਿੰਘ ਜੀ, ਪਹਿਲੀ ਗੱਲ ਦਾ ਜਵਾਬ ਐ ਦਿਓ ਕਿ ਤੁਹਾਨੂੰ ਲੋਕ ਵੋਟ ਕਿਉਂ ਦੇਣ? ਦੇਖੋ ਜੀ, ਅਸੀਂ ਜਿਹੜੇ 10 ਸਾਲ ਸਾਡੀ ਯੂਪੀ ਨੇ 10 ਸਾਲ ਲਾਏ ਨੇ, ਪਿਛਲੇ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਰਹੇ ਨੇ 10 ਸਾਲ ਭਾਰਤ ਵਰਸ਼ ਦੇ, ਤੇ ਜਿਹੜੇ ਉਹ ਕੰਮ ਕੀਤੇ ਨੇ ਜੀ, ਤੇ ਜਿਹੜੇ ਹੁਣ 5 ਸਾਲ ਪਿੱਛੇ 14-19 ਬੀਜੇਪੀ ਨੇ ਕੀਤੀ, ਉਹਦਾ ਅਸੀਂ ਲੋਕਾਂ ਨੂੰ ਕਿਹਾ ਕੰਪੇਅਰ ਕਰੋ। ਤੋ ਉਹ ਜੇ 10 ਸਾਲ ਸਾਡੇ ਚੰਗੇ ਲੱਗੇ ਨੇ, ਸਾਡੇ ਡਾਕਟਰ ਚੰਗੇ ਲੱਗੇ ਨੇ, ਸਾਡਾ ਅਕਬਰ ਦਾ ਵੋਟ ਦਾ, ਤੇ ਜੇ ਹੁਣ 5 ਸਾਲ ਤੁਸੀਂ ਬੀਜੇਪੀ ਦਾ ਵੀ ਜਿਹੜੇ ਦੇਖ ਲੈਣੇ, ਉਹਨਾਂ ਦਾ ਨਿਚੋੜ ਕੱਢ ਕੇ ਦੇਖ ਲਓ, ਜੋ ਉਹਨਾਂ ਨੇ ਪਿਛਲੇ 5 ਸਾਲ ਪਹਿਲਾਂ ਜੋ ਇਲੈਕਸ਼ਨ ਆਈ ਸੀ ਉਹਨੂੰ ਵਾਅਦੇ ਕੀਤੇ। ਗਿਲਜਾ ਜੀ, ਦੋ ਕੰਮ ਦੱਸ ਦਿਓ ਜੋ ਤੁਸੀਂ ਕੀਤੇ 10 ਸਾਲ ਦੇ ਵਿੱਚ, ਔਰ ਜੋ ਦੋ ਕੰਮ ਇਹਨਾਂ ਨੇ ਨਹੀਂ ਕੀਤੇ। ਦੋ ਕੰਮ ਮੈਂ ਬਹੁਤ ਕਰਾ ਦੇਣਾ, ਮੇਰੇ ਕੋਲ ਲਿਸਟ ਬੜੀ ਲੰਮੀ, ਉਹ ਤਾਂ ਤੁਹਾਨੂੰ ਚਾਹੀਦੇ 2 ਘੰਟੇ ਜੇ ਸੁਣਾਓਗੇ, ਦੋ ਮੈਂ ਨਹੀਂ, ਫਿਰ ਬੜੀ ਲੰਮੀ ਲਿਸਟ ਹੈ ਜਿਹੜੇ ਅਸੀਂ ਕੰਮ ਕੀਤੇ ਨੇ 10 ਸਾਲਾਂ 'ਚ। ਠੀਕ ਹੈ, ਦੇਖੋ ਜੀ, ਜਿਹੜੀ ਫੂਡ, ਜਿਹੜਾ ਫੂਡ ਐਕਟ ਲੈ ਕੇ ਆਏ, ਐਜੂਕੇਸ਼ਨ ਐਕਟ ਲੈ ਕੇ ਆਏ ਡਾਕਟਰ ਮਨਮੋਹਨ ਸਿੰਘ ਜੀ, ਇਹ ਜਿਹੜੇ ਆਪਣੇ ਮੇਜਰ ਜਿਹੜੇ ਸਨ, ਜਿਹੜੇ ਇਕਨੋਮੀ ਸੀ ਜਿਹੜੀ 10 ਸਾਲਾਂ ਦੀ, ਜਿਹਨੂੰ ਅਸੀਂ ਗਰੋਥ ਕਹਿੰਦੇ, ਗਰੋਥ ਰੇਟ ਜਿਹੜਾ ਸੀ ਉਹ 10 ਸਾਲ ਹਰ ਸਾਲ ਉੱਪਰ ਜਾਂਦਾ ਸੀ, ਤੇ ਇਹਦਾ ਹੁਣ ਕੰਪੇਅਰ ਕਰ ਲਓ ਤੁਸੀਂ ਪਿਛਲੇ 5 ਸਾਲਾਂ 'ਚ, ਉਹ ਸਾਡੇ ਤੋਂ ਵੱਧ ਵੀ ਹੈ ਨਹੀਂ ਹੋ। ਓਕੇ, ਗਰੋਥ ਰੇਟ ਜਿਹੜਾ ਸਾਡੇ 10 ਸਾਲਾਂ ਦਾ, ਤੇ ਹੁਣ 5 ਸਾਲ ਦਾ ਕੰਪੇਅਰ ਕਰੋ ਤੇ ਅੱਧ 'ਚ ਵੀ ਨਹੀਂ ਆਉਂਦੇ, ਤੇ ਬਾਕੀ ਜਿੱਦਾਂ ਨੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ, ਲਿਸਟ ਬੜੀ ਲੰਬੀ ਹੈ, 15 ਲੱਖ ਵਾਲਾ ਵਾਅਦਾ ਤੁਸੀਂ ਦੇਖ ਲਓ, ਫਿਰ 2 ਕਰੋੜ ਨੌਕਰੀ ਵਾਲਾ ਵਾਅਦਾ, ਤੇ 2 ਕਰੋੜ ਨੌਕਰੀਆਂ ਕੀ ਦੇਣੀਆਂ, ਜਿਹੜੇ ਆਏ ਸੀ ਸਾਡੇ ਨੌਜਵਾਨਾਂ ਕੋਲ ਵੀ ਛਿਣ ਕੇ ਲੈ ਗਏ ਆ। ਠੀਕ ਹੈ, ਠੀਕ ਹੈ, ਤੇ ਨਾਰਾ ਲਾ ਰਹੇ ਹੋ, ਤੁਸੀਂ ਇੱਕ ਨਾਰਾ ਲਾ ਰਹੇ ਹੋ, ਚੌਕੀਦਾਰ ਚੋਰ ਹੈ। ਉਹ ਤੇ ਪੂਰਾ 133 ਕਰੋੜ ਜਿਹੜਾ ਆਬਾਦੀ ਹੈ ਸਾਡੀ ਹਿੰਦੁਸਤਾਨ ਦੀ, ਉਹ ਕਹਿ ਰਹੀ ਮੈਂ ਇਕੱਲੇ ਇਕੱਲਾ ਕਿ ਹੁਣ ਮੈਂ ਬਹੁਤ ਲੇਟ ਹੋ ਜਾਵਾਂਗਾ ਜੇ ਕਹਾਂਗੇ। ਹਾਂ, ਉਹ ਤੇ ਇਹਦੇ
ਅੰਬਾਨੀ ਦੀ ਗੋਦੀ ਚ ਬਹਿ ਗਿਆ ਸਾਡਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਿਹੜਾ, ਮੈਂ ਬੜਾ ਸਤਿਕਾਰ ਕਰਦਾ ਪ੍ਰਧਾਨ ਮੰਤਰੀ ਦੀ ਕੁਰਸੀ ਦਾ, ਪਰ ਇਹਦੇ ਅੰਬਾਨੀਆਂ ਦੀ ਗੋਦੀ ਚ ਬਹਿ ਗਿਆ ਜਾ ਕੇ ਕੀ ਕਰਾਂਗੇ ਇਹਦਾ। ਤੇ ਰਾਹੁਲ ਗਾਂਧੀ ਕੋਲ ਕਿਹੜੀ ਛੜੀ ਹੈ ਜਿਹੜਾ ਭਾਰਤ ਨੂੰ ਸੁਧਾਰ ਦੇਣਗੇ? ਦੇਖੋ ਜੀ, ਰਾਹੁਲ ਗਾਂਧੀ ਨੌਜਵਾਨ ਹੈ ਤੇ ਉਹਨੇ ਨੌਜਵਾਨਾਂ ਦੀ ਦਰਦ ਬੜੀ ਬਾਖੂਬੀ ਨਾਲ ਸਮਝਦਾ, ਨੌਜਵਾਨ ਨੇਤਾ ਹੈ ਔਰ ਉਹਦੇ ਨਾਲ ਜਿਹੜੇ ਸਾਥੀ ਨੇ, ਜਿਹੜੀ ਟੀਮ ਹੈ ਬੜੀ ਜ਼ਬਰਦਸਤ ਟੀਮ ਹੈ। ਤੁਸੀਂ, ਮੈਂ ਤੁਹਾਨੂੰ ਦਿਨਾਵਾਂ ਤੇ ਬੜੀ ਲੰਬੀ ਲਿਸਟ ਹੈ ਜਿਹੜੇ ਨਾਲ ਸਾਥੀਆਂ ਨੇ ਚੁਣੇ ਨੇ, ਔਰ ਟੀਮ ਜਿਹੜੀ ਹੈ ਮੈਨੂੰ ਤੇ ਉਹਨਾਂ ਨਾਲ ਮਿਲਣ ਦਾ ਬੜਾ ਮੌਕਾ ਮਿਲਦਾ ਔਰ ਜ਼ਬਰਦਸਤ ਟੀਮ ਹੈ ਔਰ ਨੌਜਵਾਨ ਨੇਤਾ ਸਚਿਨ ਪਾਇਲਟ ਵਰਗੇ, ਰਾਹੁਲ ਗਾਂਧੀ ਨੂੰ ਪੱਪੂ ਕਹਿੰਦੇ ਨਜ਼ਰ ਆਉਂਦੇ, ਕਹਿੰਦੇ ਪੱਪੂ ਤੋਂ ਇਲਾਵਾ ਕੁਛ ਨੀ ਹੈਗਾ। ਦੇਖੋ ਜੀ, ਪੱਪੂ ਗੱਲ ਸੁਣੋ, ਲੋਕ ਤਾਕਤ ਨੇ ਸਾਬਤ, ਪੰਜ ਸਟੇਟਾਂ ਦੀ ਇਲੈਕਸ਼ਨ ਹੋਈ ਹੁਣੇ ਕੁਛ ਮਹੀਨੇ ਪਹਿਲਾਂ ਹਰਕੀਰ ਜੀ, ਪੰਜ ਸਟੇਟਾਂ ਦੀ ਇਲੈਕਸ਼ਨ ਤੁਸੀਂ ਹੁਣ ਰਿਜ਼ਲਟ ਦੇਖੇ ਨੇ, ਜਦੋਂ ਤਿੰਨਾਂ ਚ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਜਿਹੜੇ ਹਿੰਦੀ ਬੈਲਟ ਹੈ ਉੱਥੇ ਮੈਂ ਪ੍ਰਚਾਰ ਕਰਨ ਵਾਸਤੇ ਮੈਂ ਗਿਆ ਸੀ, ਉੱਥੇ ਦੇ ਸੁਪਨਾ ਸਾਫ ਕਰਤਾ ਸੀ ਬੀਜੇਪੀ ਵਾਲਿਆਂ ਦਾ, ਤੇ ਉਹ ਪੱਪੂ ਕੌਣ ਹੋਇਆ ਦੱਸੋ, ਮੈਨੂੰ ਜਵਾਬ ਦਿਓ, ਪੱਪੂ ਸਾਡਾ ਮੋਦੀ ਹੋਇਆ ਜੇ ਸਾਡਾ ਨਾਲ ਹੋਇਆ। ਚਲੋ, ਹੁਣ ਇਹ ਦੱਸ ਦੋ ਕਿ ਸਿੱਖ ਡਾਇਸਪੋਰਾ ਦੇ ਲਈ, ਸਿੱਖ ਭਾਈਚਾਰੇ ਦੇ ਲਈ ਯੂਪੀ ਕੀ ਵੱਡੇ ਕਦਮ ਚੁੱਕੇਗੀ? ਦੇਖੋ ਜੀ, ਇਹ ਜਿਹੜੀ ਸਾਡੀ ਕਾਂਗਰਸ ਪਾਰਟੀ ਹੈ ਇਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਤੇ ਇਹ ਇੱਕੋ ਇੱਕ ਹਿੰਦੁਸਤਾਨ ਦੀ ਪਾਰਟੀ ਜਿਹੜੇ ਸਾਰੇ ਧਰਮਾਂ ਨੂੰ ਆਪਣੇ ਕਲਾ ਵਿੱਚ ਲੈ ਕੇ ਅੱਗੇ ਵਧਦੀ ਪਈ ਹੈ। ਤੇ ਫਿਰ ਔਰ ਫਿਰ ਵਿਰੋਧੀ ਧਿਰ ਤੁਹਾਨੂੰ ਕਿਉਂ ਕਹਿੰਦਾ ਕਿ ਸਿੱਖਾਂ ਦਾ ਘਾਣ 1984 ਦੇ ਵਿੱਚ ਕਾਂਗਰਸ ਨੇ ਕੀਤਾ? ਦੇਖੋ ਜੀ, ਮੇਰੀ ਗੱਲ ਸੁਣ, ਅਸੀਂ ਰਕੀਸ਼ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਿ ਅਸੀਂ ਗੁਰੂ ਘਰ ਜਾਂਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਸਤੇ ਜਾਂਦੇ ਹਾਂ, ਤੇ ਪ੍ਰਧਾਨ ਬਦਲੇ ਜਾਂਦੇ ਨੇ, ਪ੍ਰਧਾਨ ਮੰਤਰੀ ਵੀ ਬਦਲੇ ਜਾਂਦੇ ਨੇ, ਪ੍ਰਧਾਨ ਵੀ ਬਦਲੇ ਜਾਂਦੇ ਨੇ ਪਾਰਟੀਆਂ ਦੇ, ਪ੍ਰਧਾਨ ਮੰਤਰੀ ਵੀ ਬਦਲੇ ਜਾਂਦੇ ਨੇ, ਪਰ ਅਸੀਂ ਪ੍ਰਧਾਨ ਤਾਂ ਬਦਲਿਆ ਤੁਹਾਡੀ ਪਾਰਟੀ ਦੇ, ਲੇਕਿਨ ਪਰਿਵਾਰ ਨੀ ਬਦਲਿਆ। ਨਹੀਂ, ਪਰਿਵਾਰ ਦੀ ਕੀ ਗੱਲ ਕਰਦੇ ਤੁਸੀਂ, ਪਰਿਵਾਰ ਦੀ ਕੀ ਗੱਲ, ਰਾਹੁਲ ਗਾਂਧੀ ਛੋਟਾ ਜਿਹਾ ਜਦੋਂ 1984 ਦੀ ਤੁਸੀਂ ਗੱਲ ਕਰ ਰਹੇ ਹੋ, ਉਦੋਂ ਤੇ ਰਾਹੁਲ ਗਾਂਧੀ ਉਹ ਬੱਚਾ ਸੀ, ਤੇ ਬੱਚੇ ਦਾ ਕੀ ਸੀ ਉਦੋਂ ਉਸ ਚੀਜ਼ ਨੂੰ ਲੈਣ ਦੇਣ? ਤੇ ਹੁਣ ਉਹਨਾਂ ਨੂੰ ਲੱਗਦਾ ਹੁਣ ਤੇ ਉਹ ਪ੍ਰਧਾਨ ਮੰਤਰੀ ਦਾਅਵੇਦਾਰੀ ਦੇ ਉਮੀਦਵਾਰ ਹੋ ਚੁੱਕੇ ਨੇ, ਹੁਣ ਉਹਨਾਂ ਨੂੰ ਲੱਗਦਾ ਕਿ ਗਲਤੀ ਹੋ ਗਈ ਸੀਗੀ ਉਹਨਾਂ ਦੀ? ਨਹੀਂ, ਮੇਰੀ ਗੱਲ ਸੁਣੋ, ਜਦੋਂ ਬੱਚਾ, ਇੱਕ ਬੱਚਾ ਆਇਆ ਸੀ ਉਹਨੂੰ ਉਸ ਚੀਜ਼ ਬਾਰੇ ਕੋਈ ਹੈ ਹੀ ਨੀ, ਉਹਨੂੰ ਆਪਾਂ ਕੀ ਦੋਸ਼ ਦਿਆਂਗੇ, ਬੱਚੇ ਦਾ ਕੋਈ ਲੈਣ ਦੇਣ ਨੀ ਸੀ। ਬਾਕੀ ਜਿਹੜੇ ਹਾਲਾਤ 84 ਸਾਰੀ ਦੁਨੀਆਂ ਜਾਣਦੀ ਕੀ ਹੋਇਆ ਸੀ, ਉਹਨਾਂ ਨੂੰ ਦੁਬਾਰਾ ਇਸ ਬਾਰੇ ਰਿਪੀਟ ਨੀ ਕਰਦੇ, ਮੈਨੂੰ ਦਰਦ ਹੈ ਜੋ ਵੀ 84 ਚ ਹੋਇਆ ਗਲਤ ਹੋਇਆ, ਪਰ ਅੱਜ 16 ਤੇ 19-35 ਸਾਲ ਹੋ ਗਏ ਨੇ, ਆਪਾਂ ਅੱਗੇ ਵਧਣਾ, ਸਿੱਖ ਕੌਮ ਨੇ ਅੱਗੇ ਵਧਣਾ। ਤੁਸੀਂ ਰਿਅਲਾਈਜ਼ ਕਰਦੇ ਹੋ ਜੋ ਹੋਇਆ ਉਹ ਗਲਤ ਹੋਇਆ? ਮੇਰੀ ਗੱਲ ਵੀ ਸੁਣ, ਮੈਂ ਕਹਿੰਦਾ, ਮੈਂ ਬਿਲਕੁਲ ਕਹਿੰਦਾ, ਮੈਂ ਕਦੋਂ ਕਿਹਾ ਸਹੀ ਹੋ ਰਿਹਾ, ਮੈਂ ਕਹਿੰਦਾ ਗਲਤ ਹੋਇਆ ਸੀ, ਜੋ ਵੀ 1984 ਚ ਜੋ ਵੀ ਹੋਇਆ ਸੀ ਸਾਰਾ ਕੁਝ ਗਲਤ ਹੋਇਆ ਸੀ, ਸਾਰਾ ਕੁਝ ਹੀ ਗਲਤ ਹੋਇਆ ਸੀ। ਔਰ ਜਿਹੜੇ ਦੋ ਦਹਾਕੇ ਸੰਤਾਪ ਹੋ ਗਿਆ ਪੰਜਾਬ ਨੇ, ਉਹ ਮੈਂ ਤੇ ਸਾਨੂੰ ਏਦਾਂ ਦੇ ਹਾਲਾਤ ਪੰਜਾਬ ਚ ਜਿਹੜੇ ਬਣਾਉਣ ਵਾਲੇ ਕੌਣ ਸਨ, ਉਹਨਾਂ ਨੂੰ ਨੰਗਿਆ ਕਰਨਾ ਚਾਹੀਦਾ, ਜਿਹਨਾਂ ਨੇ ਉਹ 84 ਵਾਲੇ ਹਾਲਾਤ ਬਣਾਏ ਉਹਨਾਂ ਨੂੰ ਨੰਗਿਆ ਕਰਨਾ ਚਾਹੀਦਾ। ਤੇ ਹੁਣ ਸੱਜਣ ਕੁਮਾਰ ਨੂੰ ਨੰਗਾ ਕਰ ਰਹੀ ਹੈ ਬੀਜੇਪੀ ਸਰਕਾਰ? ਜਿਹੜਾ ਕੋਈ ਵੀ ਸੱਜਣ ਕੁਮਾਰ ਦੇ, ਕੋਈ ABC ਕੋਈ ਵੀ ਹੋਵੇ, ਕੋਈ ਹੋਵੇ, ਮੈਂ ਕਹਿੰਦਾ ਸੱਜਣ ਕੁਮਾਰ ਕੋਈ ਵੀ ਹੋਵੇ, ਉਹਨੂੰ ਸਜ਼ਾ ਮਿਲਣੀ, ਕੜੀ ਤੋਂ ਕੜੀ ਫਾਂਸੀ ਲਗਾ ਦੇਣਾ ਚਾਹੀਦਾ, ਜਿਹਨੇ ਵੀ ਉਹ ਦੋਸ਼ੀ ਸਾਬਤ ਹੋਏ ਉਹਨੂੰ ਉਮਰ ਕੈਦ ਨਹੀਂ, ਉਹਨੂੰ ਫਾਂਸੀ ਲੱਗਣੀ ਚਾਹੀਦੀ ਹੈ। ਚਲੋ, ਪਾਸਪੋਰਟ ਸੇਵਾਵਾਂ ਨੂੰ ਲੈ ਕੇ, ਹੋਰ ਮਸਲਿਆਂ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਅਸਾਈਲਮ ਕੇਸਾਂ ਨੂੰ ਲੈ ਕੇ UPA ਸਰਕਾਰ ਕੀ ਵਚਨ ਕਰਦੀ ਹੈ ਅੱਜ ਡਾਇਸਪੋਰਾ ਨੂੰ, ਉਹ ਵੀ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਇੱਕ ਵਾਰੀ। ਨਹੀਂ, ਵਚਨ ਜਿਹੜਾ ਸੰਵਿਧਾਨ ਹੈ, ਜਿਹੜਾ ਕਾਨੂੰਨ ਹੈ, ਕਾਨੂੰਨ ਤੋਂ ਉੱਪਰ ਤੋਂ ਕੋਈ ਚੀਜ਼ ਨਹੀਂ, ਜੋ ਭਾਰਤ ਸੰਵਿਧਾਨ ਜੋ ਭਾਰਤ ਦਾ ਕਾਨੂੰਨ ਕਹਿੰਦਾ ਹੈ, ਤੇ ਜੇ ਆਪਾਂ ਕੋਈ ਵੀ ਆਦਮੀ ਇੱਥੇ ਆ ਕੇ ਲਿਖ ਕੇ ਦਿੰਦਾ ਕਿ ਮੈਂ ਭਾਰਤ ਦੇ ਵਿਰੁੱਧ ਹਾਂ, ਭਾਰਤ ਸਰਕਾਰ ਦੇ ਵਿਰੁੱਧ, ਤਾਂ ਉੱਥੇ ਤਾਂ ਫਿਰ ਉਹ ਟੈਕਨੀਕਲ ਗੱਲਾਂ ਕੁਛ ਖਾਈ ਨਹੀਂ, ਉਹ ਜਿਹੜੀਆਂ ਆਪਾਂ ਨਹੀਂ ਕਰ ਸਕਦੇ। ਲੇਕਿਨ ਜਿਹੜੇ ਭਾਰਤ ਸਰਕਾਰ ਦੇ ਵਿਰੁੱਧ ਨਹੀਂ ਹੈਗੇ, ਭਾਰਤ ਵਾਪਸ ਜਾਣਾ ਚਾਹੁੰਦੇ, ਲੇਕਿਨ ਡਰ ਹੈ ਕਿ ਭਾਰਤ ਉਹਨਾਂ ਨੂੰ ਵਾਪਸ ਉੱਥੇ ਹੀ ਰੱਖ ਲਏਗਾ, ਬਲੈਕ ਲਿਸਟਡ ਹੋਏ ਪਏ ਨੇ ਬੇਵਜ੼ਾ, ਕਿ ਉਹਨਾਂ ਕੇਸਾਂ ਦੇ ਉੱਤੇ ਤੁਸੀਂ ਪੈਰਵੀ ਕਰੋ, ਉਹਨਾਂ ਦੀ ਅਸੀਂ 100% ਸਪੋਰਟ ਕਰਾਂਗੇ, ਉਹਨਾਂ ਨੂੰ ਵਾਪਸ, ਜੋ ਵੀ ਜੇ ਕਿਸੇ ਨੇ ਅਣਜਾਣਪੁਣ ਦੀ ਗਲਤੀ ਕੀਤੀ, ਉਹਨੂੰ ਵਾਪਸ ਮੁਕਤ ਧਾਰਾ ਚ ਸ਼ਾਮਲ ਹੋਣਾ ਚਾਹੁੰਦਾ, ਤੇ ਉਹਨੂੰ ਬਿਲਕੁਲ ਵੈਲਕਮ ਕਰਨਾ ਚਾਹੀਦਾ। ਚਲੋ, ਇਹ ਸੁਣਿਆ ਫਿਰ ਰਾਹੁਲ ਗਾਂਧੀ ਹੋਰਾਂ ਨੂੰ ਦੇ ਦੇਣਾ ਕਿ ਆਪਣੇ ਮੈਨੀਫੈਸਟੋ ਦੇ ਵਿੱਚ ਜ਼ਰੂਰ, ਮੈਂ ਸੁਣਿਆ ਕਿ ਉਹਦੇ ਨਾਲ ਬੈਠ ਕੇ ਕੋਲ ਫੈਸਲੇ ਕਰਾਵਾਂਗੇ, ਸੁਣਿਆ ਕਿ ਜਿਹੜਾ ਮੈਂ ਰਾਹੁਲ ਗਾਂਧੀ ਦਾ ਇੱਕ ਸਪਾਈ ਦੇ ਤੌਰ ਤੇ ਕੰਮ ਕਰ ਰਿਹਾ, ਅਮਰੀਕਾ ਦੀ, ਮੈਨੂੰ ਉਹਨਾਂ ਨੇ ਪੂਰੇ ਜ਼ਿੰਮੇਵਾਰੀ ਦਿੱਤੀ ਹੈ, ਅਸੀਂ ਸਲਾਹ ਕਿਉਂ ਦੇਵੇ, ਬੈਠ ਕੇ ਫੈਸਲੇ ਕਰਾਵਾਂਗੇ। ਚਲੋ, ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਹੁਣ ਜੇਕਰ UPA ਦੀ ਗਵਰਨਮੈਂਟ ਆਉਂਦੀ ਹੈ। ਅੱਛਾ, ਮੈਨੂੰ ਤਿੰਨ ਗੱਲਾਂ ਸਿਰਫ ਦੱਸ ਦਿਓ ਜਾਂਦੇ ਜਾਂਦੇ, ਰਾਹੁਲ ਗਾਂਧੀ ਨੂੰ ਐਜ਼ ਐਨ ਪ੍ਰਾਈਮ ਮਿਨਿਸਟਰ ਲੋਕ ਕਿਉਂ ਵੋਟ ਕਰਨ ਔਰ ਕਿਉਂ ਸਪੋਰਟ ਕਰਨ? ਦੇਖੋ ਜੀ, ਇੱਕ ਸਭ ਤੋਂ ਪਹਿਲਾਂ ਇੱਕ ਉਹ ਨੌਜਵਾਨਾਂ ਦੇ ਨੁਮਾਇੰਦੇ ਨੇ, ਸਭ ਤੋਂ ਪਹਿਲਾਂ, ਠੀਕ ਹੈ, ਸਭ ਤੋਂ
ਪਹਿਲਾਂ ਉਹ ਨੌਜਵਾਨ ਨੁਮਾਇੰਦੇ ਨੇ ਔਰ ਉਹ ਇੱਕ ਨਵੀਂ ਦਿਸ਼ਾ ਔਰ ਜੋ ਤੁਸੀਂ ਉਹਨਾਂ ਦੀ ਸਪੀਚਾਂ ਸੁਣੋ ਪਿਛਲੇ ਇੱਕ ਸਾਲ ਤੋਂ ਇੱਕ ਲਗਾਤਾਰ ਜੋ ਉਹਨਾਂ ਦੀ ਮਨ ਦੀ ਵਲਣ ਹੈ ਉਹ ਕਹਿੰਦੇ ਆ ਕਿ ਨੌਜਵਾਨਾਂ ਵਾਸਤੇ ਇੱਕ ਵੱਖਰਾ ਭਾਰਤ ਮੈਂ ਬਣਾਉਣਾ ਚਾਹੁੰਦਾ ਜਿਹੜੇ ਗਿਣਤੀਆਂ ਮਿਣਤੀਆਂ ਦੀ ਗੱਲ ਨਹੀਂ ਕਰਦੇ ਕਿ ਇੱਦਾਂ ਇੱਦਾਂ ਸਾਧਨ ਪੈਦਾ ਕੀਤੇ ਜਾਣ ਕਿ ਲੋਕਾਂ ਨੂੰ ਬਾਹਰ ਲਾਉਣਾ ਪਏ ਉੱਥੇ ਵੀ ਰੁਜ਼ਗਾਰ ਪੈਦਾ ਕਰਕੇ ਉੱਥੇ ਉਸ ਕੰਟਰੀ ਉਸ ਜਿਹੜਾ ਸਾਡਾ ਬ੍ਰੇਨ ਹੈ ਸਾਰਾ ਬਾਹਰ ਆ ਰਿਹਾ ਚਾਹੇ ਉਹ ਨੌਰਥ ਹੈ ਚਾਹੇ ਈਸਟ ਹੈ ਵੈਸਟ ਹੈ ਸਾਰੇ ਪੜ੍ਹੇ ਦੇ ਲੋਕ ਬਾਹਰਲੇ ਦੇਸ਼ਾਂ ਨੂੰ ਭੱਜੇ ਜਾਂਦੇ ਨੇ ਤੇ ਉਹ ਇੱਦਾਂ ਦੀਆਂ ਆਪਾਂ ਪਾਲਸੀਆਂ ਬਣਾਵਾਂਗੇ ਜਿਹੜੇ ਸਾਡੇ ਨੌਜਵਾਨ ਵੀਰ ਨੇ ਉੱਥੇ ਬੈਠ ਕੇ ਉੱਥੇ ਕਮਾਈਆਂ ਕਰਨ ਉੱਥੇ ਆਪਣਾ ਭਵਿੱਖ ਵਧੀਆ ਬਣਾਉਣ। ਚਲੋ ਠੀਕ ਹੈ ਮੋਹਿੰਦਰ ਸਿੰਘ ਜੀ, ਬੈਸਟ ਆਫ ਲੱਕ, ਦੇਖਦੇ ਹਾਂ ਹੁਣ ਕਿਹੜੀ ਪਾਰਟੀ ਜਿੱਤਦੀ ਹੈ। ਲੇਕਿਨ ਉਹ ਤਾਂ ਮੈਨੂੰ ਲੱਗਦਾ ਕਿ 24 ਮਈ ਦੱਸ ਦੇਗਾ, ਲੇਕਿਨ 19 ਮਈ ਨੂੰ ਅਸੀਂ ਜ਼ਰੂਰ ਇਹ ਦਰਖਾਸਤ ਕਰਾਂਗੇ ਕਿ ਜਿਹੜੇ ਵੀ ਰੀਪ੍ਰੈਜੈਂਟੇਟਿਵ ਤੁਸੀਂ ਕਾਂਗਰਸ ਦੀ ਤਰਫੋਂ ਉਮੀਦਵਾਰ ਰੱਖੋਗੇ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਜ਼ਰੂਰ ਕਰਨ ਔਰ ਪੰਜਾਬ ਦੇ ਜਿਹੜੇ ਬੇਸਿਕ ਇਸ਼ੂਜ਼ ਨੇ ਉਹਨਾਂ ਦੇ ਉੱਤੇ ਵੀ ਵਿਚਾਰ ਜ਼ਰੂਰ ਕਰਨ। ਬਹੁਤ ਬਹੁਤ ਧੰਨਵਾਦ ਮੋਹਿੰਦਰ ਸਿੰਘ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਅਤੇ ਇਹ ਸੀਗੇ ਮੋਹਿੰਦਰ ਸਿੰਘ ਗਿੱਲ ਜੀ ਆ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ। ਅਤੇ ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਮੈਨੂੰ ਇਸ ਟਾਈਮ ਆ ਰਹੀਆਂ ਹਨ, ਤੁਸੀਂ ਵੀ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਜੇਕਰ ਚਾਹੁੰਦੇ ਹੋ ਤਾਂ ਮੈਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਮੇਲ ਕਰ ਸਕਦੇ ਹੋ harkeerat@justbroadcasting.com, info@justbroadcasting.com ਦੇ ਉੱਤੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੋਸਤੋ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਹੁਣ ਸਮਾਂ ਹੈ ਜੀ ਤੁਹਾਡੀ ਫੋਨ ਕਾਲਸ ਲੈਣ ਦਾ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਝ ਵਿਚਾਰ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ ਜੀ, ਗੁਰਦੇਵ ਗਰੇਵਾਲ ਬੋਲ ਰਿਹਾ ਜੀ। ਗਰੇਵਾਲ ਸਾਹਿਬ ਕੀ ਕਹਿਣਾ ਚਾਹੋਗੇ? ਮੇਰਾ ਇੱਕ ਕੁਐਸਚਨ ਸੀਗਾ, ਤੁਸੀਂ ਇਹਨਾਂ ਬਾਰੇ ਪੁੱਛਣਾ ਸੀਗਾ ਵੀ ਦੇਸ਼ ਦੀ ਅਜੇ ਇੰਨੀ ਹਾਲਤ ਖਰਾਬ ਆ, ਆਤੰਕਵਾਦ ਕਸ਼ਮੀਰ ਦੇ ਵਿੱਚ ਬਾਰਡਰਾਂ ਦੇ ਉੱਤੇ ਹੋ ਰਿਹਾ, ਉਹਦੇ ਬਾਰੇ ਰਾਹੁਲ ਗਾਂਧੀ ਜੀ ਦੇ ਕੀ ਵਿਚਾਰ ਨੇ? ਬਸ ਇੰਨਾ ਹੀ ਕਹਿਣਾ ਸੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਹਰਕੀਰਤ, ਸਤਿ ਸ਼੍ਰੀ ਅਕਾਲ, ਨਿਊਯਾਰਕ ਤੋਂ ਬੋਲ ਰਿਹਾ ਮੈਂ। ਹਰਕੀਰਤ, ਅਗਰ ਆਪਾਂ ਨਾ ਇਹਨਾਂ ਇੰਡੀਅਨ ਪੋਲੀਟਿਕਸ ਵਾਲਿਆਂ ਦੀ ਗੱਲ ਕਰ ਲਈਏ ਤਾਂ ਕਈ ਵਾਰੀ ਨਾ ਬੜਾ ਝੰਜੋੜਿਆ ਜਾਂਦਾ ਆਪਣੇ ਆਪ ਨੂੰ, ਆਪਾਂ ਆਪ ਹੀ ਗੱਲ ਕਰਕੇ ਤੇ ਝੰਜੋੜੇ ਜਾਂਦੇ ਹਾਂ। 1947 ਤੋਂ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਵੋ, 1 ਰੁਪਈਏ ਦੇ 2 ਡਾਲਰ ਆਉਂਦੇ ਸੀ। 1947 ਦੇ ਵਿੱਚ ਇਹ ਡਾਲਰ ਐਟ ਪਾਰ ਸੀਗਾ। 1947 ਤੋਂ ਲੈ ਕੇ 50 ਸਾਲ ਦੇ ਲਗਭਗ ਜਾਂ 55 ਸਾਲ ਦੇ ਲਗਭਗ ਕਾਂਗਰਸ ਨੇ ਰਾਜ ਕੀਤਾ ਔਰ ਬੇੜਾ ਗਰਕ ਕਰਕੇ ਉਹਨੂੰ 50 ਡਾਲਰ ਤੋਂ ਲੈ 50 ਰੁਪਏ ਤੋਂ ਲੈ ਗਏ ਹੈ। ਮਤਲਬ ਆਪੋਜਿਟ ਬਿਲਕੁਲ ਹੀ 1 ਡਾਲਰ ਦੇ 50-55 ਆਉਣ ਲੱਗ ਪਏ ਨੇ। ਠੀਕ ਹੈ, ਹੁਣ ਗੱਲ ਇਹ ਹੈ ਕਿ ਮੈਂ ਮੁੱਕਦੀ ਗੱਲ ਨਿਬੇੜਾ ਕਿਉਂਕਿ ਬੰਦੇ ਬਹੁਤ ਹੁੰਦੇ ਨੇ, ਲਾਈਨ 'ਚ ਹਰ ਬੰਦੇ ਦਾ ਦਿਲ ਕਰਦਾ ਗੱਲ ਕਰਨ ਦੀ। ਗੱਲ ਇਹ ਤਾਂ ਹੈਗੀ ਹੈ ਕਿ ਭਾਵੇਂ ਹੁਣ ਆ ਜਾਵੇ ਮੋਦੀ ਤੇ ਭਾਵੇਂ ਆ ਜਾਵੇ ਬਿੱਟੂ ਉਹ ਕਾਕਾ ਪੱਪੂ ਕਹਿੰਦੇ ਆਪਾਂ ਨੂੰ, ਭਾਵੇਂ ਉਹ ਆ ਜਾਵੇ, ਇਹਨਾਂ ਸਾਰਿਆਂ ਨੇ ਕੰਟਰੀ ਦਾ ਬੇੜਾ ਗਰਕ ਕਰਨਾ ਹੀ ਕਰਨਾ। ਪਰ ਦੁੱਖ ਇਸ ਗੱਲ ਦਾ ਕਿ ਆਉਣ ਵਾਲੀਆਂ ਜਨਰੇਸ਼ਨ ਦਾ ਕੀ ਬਣੂਗਾ, ਉਹਨਾਂ ਦੀ ਮਾੜੀ ਹਾਲਤ ਹੈ ਔਰ ਉਹ ਵਿਚਾਰੇ ਕਿੱਦਾਂ ਗੁਜ਼ਾਰਾ ਕਰਨਗੇ। ਇਸੇ ਕਰਕੇ ਹੀ ਉਹ ਲੋਕ ਬਾਹਰ ਭੱਜੇ ਫਿਰਦੇ, ਦੇਣਾ ਤਾਂ ਆਉਣਾ ਕੱਖ ਨਹੀਂ ਹੈ। ਰਹੀ ਗੱਲ ਸਿੱਖ ਕੌਮ ਦੇ ਬਾਰੇ, ਸਿੱਖ ਕੌਮ ਦੇ ਬਾਰੇ ਇੱਕ ਪਾਸੇ ਖੂਹ ਹੈ ਤਾਂ ਦੂਜੇ ਪਾਸੇ ਖਾਈ ਹੈ। ਹੁਣ ਸਿੱਖ ਕੌਮ ਵਾਸਤੇ ਇਹ ਚੀਜ਼ ਸੋਚਣੀ ਪਏਗੀ ਕਿਉਂਕਿ ਜਾਣਾ ਉਹਨਾਂ ਜਾਂ ਉਹ ਖੂਹ ਚ ਡਿੱਗਣ ਤੇ ਜਾਂ ਖਾਈ ਚ ਡਿੱਗਣਾ, ਉਹਨਾਂ ਨੂੰ ਇੱਕ ਪਾਸੇ ਪੈਣਾ ਕਿਉਂਕਿ ਸਿੱਖ ਕਮਿਊਨਿਟੀ ਆਪਣੇ ਆਪ ਕੁਛ ਨਹੀਂ ਕਰ ਸਕਦੀ। ਸਿੱਖ ਕਮਿਊਨਿਟੀ ਇਸ ਟਾਈਮ ਜਿਹੜੇ ਸਾਡੇ ਲੀਡਰ ਨੇ ਤਕਰੀਬਨ ਚਾਪਲੂਸ ਨੇ ਔਰ ਉਹਨਾਂ ਨੇ ਕਿਸੇ ਨਾ ਕਿਸੇ ਦੀ ਚਾਪਲੂਸੀ ਕਰਕੇ ਦੇ ਪਿੱਛੇ ਇੱਕ ਟਿੱਕ ਲੈਣ ਵਾਸਤੇ ਉਹਨਾਂ ਨੇ ਭਾਵੇਂ ਸਾਰੀ ਦੁਨੀਆ ਘੁੰਮਣੀ ਪਵੇ ਉਹਨਾਂ ਘੁੰਮ ਲੈਣੀ ਹੈ। ਠੀਕ ਹੈ, ਸੋ ਇਸ ਗੱਲ ਕਰੇ ਬੜੀ 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 ਹਾਸੋਹੀਣੀ ਜੀ ਸਿਚੁਏਸ਼ਨ ਹੈ ਸਾਡੀ। ਇਹ ਪਰਮਾਤਮਾ ਹੀ ਹੈ ਕਿ ਮਤਲਬ ਆਪਣੀ ਕੌਮ ਕਿਸੇ ਹਿਸਾਬ ਨਾਲ ਕੋਈ ਸੋਲਿਡ ਡਿਸੀਜਨ ਲੈ ਸਕੇ ਕਿ ਕੀ ਉਹ ਕਰਨਾ ਚਾਹੁੰਦੀ ਜਾਂ ਕੀ ਉਹਨਾਂ ਨੂੰ ਹੋਣਾ ਚਾਹੀਦਾ, ਪਰ ਉਹ ਡਿਸੀਜਨ ਲੈਣ ਉਹਨਾਂ ਦੇ ਵਿੱਚ ਰਹਿ ਕੇ ਹੀ। ਵੱਖਵਾਦ ਬਾਰੇ ਨਾ ਸੋਚਣ ਕਿ ਉਹ ਵੱਖ ਹੋਣ ਜਾਂ ਉਹਨਾਂ ਦੀ ਸੋਚ ਕੋਈ ਵੱਖ ਕੰਟਰੀ ਜਾਂ ਕੁਛ ਹੋਰ ਚੀਜ਼ ਦੀ ਹੋਵੇ, ਉਹ ਵੀ ਬੇਵਕੂਫੀ ਹੋਏਗੀ। ਉਹਨਾਂ ਦੇ ਵਿੱਚ ਰਹਿ ਕੇ ਹੀ ਕੋਈ ਇਹੋ ਜਿਹੀ ਸੋਚ ਸੋਚਣ। ਤੁਹਾਨੂੰ ਲੱਗਦਾ ਕਿ ਇੱਕ ਸਵਾਲ ਇੱਥੇ ਬਣਦਾ, ਤੁਹਾਨੂੰ ਲੱਗਦਾ ਕਿ 10 ਸਾਲ ਸਰਦਾਰ ਮਨਮੋਹਨ ਸਿੰਘ ਹੋਰਾਂ ਨੇ ਕਮਾਨ ਸੰਭਾਲੀ UPA ਦੀ, ਤੁਹਾਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਹੀ ਕੋਈ ਅਜਿਹਾ ਲੀਡਰ ਹੈ? ਕਿਉਂਕਿ ਮੀਡੀਆ ਰਿਪੋਰਟਸ ਇਹ ਕਹਿੰਦੀਆਂ ਹੋਈ ਨਜ਼ਰ ਆਈਆਂ ਭਾਰਤ ਦੇ ਵਿੱਚ ਕਿ ਉਹ ਛਵੀ ਨਵਜੋਤ ਸਿੰਘ ਸਿੱਧੂ ਦੇ ਅੰਦਰ ਵੇਖਣ ਨੂੰ ਮਿਲਦੀ ਹੈ। ਦੇਖੋ ਬਿਲਕੁਲ ਬਿਲਕੁਲ ਮੈਂ ਇਹ ਗੱਲ ਤੁਹਾਨੂੰ ਕਹਿਣ ਲੱਗਾ ਸੀਗਾ ਔਰ ਕਹਿਣੀ ਵੀ ਸੀ। ਦੇਖੋ ਸਰਦਾਰ ਮਨਮੋਹਨ ਸਿੰਘ ਹੋਣਾ ਦਾ ਮੁਕਾਬਲਾ ਨਾ ਕੋਈ ਕਰ ਸਕਿਆ ਸੀ ਉਹਨਾਂ ਤੋਂ ਪਹਿਲਾਂ ਤੇ ਨਾ ਉਦੋਂ ਬਾਅਦ ਕੋਈ ਕਰ ਸਕੇਗਾ ਔਰ ਅੱਜ 100% ਅਗਰ ਕੋਈ ਸਰਦਾਰ ਮਨਮੋਹਨ ਸਿੰਘ ਹੋਣਾ ਤੋਂ ਬਾਅਦ ਕੋਈ ਸੈਕਿੰਡ ਬੰਦਾ ਹੈਗਾ ਵੈ ਤਾਂ ਸਿਰਫ ਤੇ ਸਿਰਫ ਨਵਜੋਤ ਹੈ, ਹੋਰ ਕੋਈ ਵੀ, ਕਿਉਂਕਿ ਰਾਹੁਲ ਤਾਂ ਬੱਚਾ ਹੈਗਾ ਵੈ, ਇਹਨੂੰ ਕੁਛ ਨੀ ਪਤਾ। ਰਾਹੁਲ ਵਾਸਤੇ ਰਾਹੁਲ ਨੂੰ ਤਾਂ ਪ੍ਰੋਜੈਕਟ ਕਰਨਾ ਪ੍ਰਾਈਮ ਮਿਨਿਸਟਰ ਦਾ ਬੇਵਕੂਫੀ ਹੈਗੀ। ਬਟ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਪ੍ਰਧਾਨ ਮੰਤਰੀ ਬਣਾਈਏ ਕਿ ਪਹਿਲਾਂ ਮੁੱਖ ਮੰਤਰੀ ਬਣਾ ਕੇ ਵੇਖ ਲਈਏ ਇੱਕ ਵਾਰੀ? ਨਹੀਂ ਜੀ,
ਨਹੀਂ ਗੱਲ ਏਦਾਂ ਨਹੀਂ ਜੀ, ਅਸੀਂ ਨਹੀਂ ਕੁਛ ਵੀ ਕਰਨਾ, ਨਾ ਹੀ ਅਸੀਂ ਕੁਛ ਕਰ ਸਕਦੇ ਹਾਂ, ਉੱਥੋਂ ਦੀ ਪੋਲੀਟਿਕਸ ਨੇ ਡਿਸੀਜਨ ਲੈਣਾ। ਬਟ ਹੀ ਇਜ਼ ਦੀ ਮੈਨ, ਜਿਹੜਾ ਨਵਜੋਤ ਹੈ, ਨਵਜੋਤ ਹੀ ਇਜ਼ ਏ ਗੁੱਡ ਪਰਸਨ, ਹੀ ਕੈਨ ਡੂ ਸਮਥਿੰਗ ਫਾਰ ਦੈਟ ਕੰਟਰੀ। ਮੇਰੇ ਖਿਆਲ ਦੇ ਵਿੱਚ ਤਾਂ ਉਹ ਕਰ ਸਕਦਾ। ਬਾਕੀ ਦੇਖੋ ਨਾ ਤੁਸੀਂ, ਹੁਣ ਲਾਲੂ ਵਰਗਿਆਂ ਨੂੰ ਲੈ ਲਓ ਜਾਂ ਹੋਰ ਕਿਸੇ ਨੂੰ ਲੈ ਲਓ, ਜਾ ਕੇ ਸਾਰੇ ਚੋਰ, ਸਾਰੇ ਚੋਰ ਇਕੱਠੇ ਹੋਏ। ਠੀਕ ਹੈ ਜੀ, ਤੁਸੀਂ ਹੈ ਨਾ, ਠੀਕ ਹੈ ਜੀ, ਮਿਹਰਬਾਨੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ ਵਾਜਾ ਸਾਹਿਬ। ਸਤਿ ਸ੍ਰੀ ਅਕਾਲ ਜੀ, ਪਾਕਿਸਤਾਨ ਦੇ ਨਾਲੇ ਤੋਂ ਬੋਲ ਰਹੇ ਹਾਂ ਜੀ। ਜੀ ਜੀ ਜੀ, ਕੀ ਵਿਚਾਰ ਰੱਖਣਾ ਚਾਹੋਗੇ? ਜੀ ਮੈਂ ਤਾਂ ਤੁਹਾਡੇ ਜਿਹੜਾ ਚੰਗਾ ਤੁਸੀਂ ਇਸ਼ੂ ਲੈਂਦਾ ਜੀ, ਦੇਖੋ ਜਿਹੜੀ ਪੰਜਾਬ ਸਟੇਟ ਹੈ ਜੀ, ਇਹ ਰੈਸਟ ਆਫ ਦੀ ਇੰਡੀਆ ਨਾਲੋਂ ਥੋੜੀ ਡਿਫਰੈਂਟ ਹੈ। ਠੀਕ ਹੈ, ਇੱਕ ਤਾਂ ਇਹ ਬਾਰਡਰ ਸਟੇਟ ਹੈ। ਠੀਕ ਹੈ, ਨੰਬਰ 2 ਇਹਨੇ ਅੱਤਵਾਦ ਹੰਡਾਇਆ। ਠੀਕ ਹੈ, ਨੰਬਰ 3 ਜਿਹੜੀ ਸਾਡੀ ਇਕਾਨਮੀ ਆ ਉਹ ਕਿਸਾਨੀ ਤੇ ਨਿਰਭਰ ਹੈ। ਠੀਕ ਹੈ ਜੀ, ਨੰਬਰ 4 ਇੱਥੇ ਜਿਹੜੇ ਦਲਿਤ ਪਰਿਵਾਰ ਹੈ, ਮਾਈਨੋਰਟੀਜ਼, ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਕਈਆਂ ਸਟੇਟਾਂ ਦੇ ਮੁਕਾਬਲੇ। ਠੀਕ ਹੈ, ਸੋ ਜਿਹੜੇ ਸਾਡੇ ਇੱਥੋਂ MP ਜਾਣੇ ਚਾਹੀਦੇ ਹੈ ਜੀ, ਇਹ ਛੋਟੀ ਸਟੇਟ ਦੇ ਹੋਣ ਕਰਕੇ, ਵੈਸੇ ਤਾਂ ਇਹ ਕਿਸੇ ਇੱਕ ਪਾਰਟੀ ਦੇ 10 ਜਾਂ 12 ਚਲੇ ਜਾਣ, ਉਹ ਸੈਂਟਰ ਪੋਲਿਸੀ ਮੇਕਿੰਗ ਦਾ ਕੁਛ ਨਹੀਂ ਕਰ ਸਕਦੇ। ਓਕੇ, ਪਰ ਜੇ ਅਸੀਂ ਲੋਕ ਇੱਥੋਂ ਰਲੇ ਮਿਲੇ MP ਰਲਾ ਕੇ ਭੇਜੀਏ, ਜਿਹੜੇ ਮੈਂ ਅੱਗੇ ਮੁੱਦੇ ਦੱਸੇ ਆ, ਉਹਨਾਂ ਤੋਂ ਵਾਕਫ ਹੋਣ ਤੇ ਉਹ ਉੱਥੇ ਜਾ ਕੇ ਉਠਾਏ ਜਾਣ, ਤੇ ਸਾਡਾ ਫਾਇਦਾ ਹੋ ਸਕਦਾ। ਹੁਣ ਚੀਜ਼ ਇਹ ਹੈ ਕਿ ਜਿਹੜੇ ਪਿਛਲੇ 5 ਸਾਲਾਂ ਦੇ ਸੀ, ਉਹ ਮੈਂ ਉਹਨਾਂ ਦੇ ਥੋੜੇ ਜਿਹੇ ਨਾਂ ਲੈਣੇ ਚਾਹੁੰਦਾ ਜਿਹੜੇ ਦਾ ਬਿਲਕੁਲ ਨਹੀਂ ਹੋਣਾ ਚਾਹੀਦਾ। ਕਿਹੜੇ ਕਿਹੜੇ ਨਹੀਂ ਹੋਣੇ ਚਾਹੀਦੇ ਤੈਨੂੰ ਲੱਗਦਾ? ਬ੍ਰਹਮਪੁਰੇ ਦੇ ਕੈਲੀਬਰ ਦੇ ਬੰਦੇ ਬਿਲਕੁਲ MP ਨਹੀਂ ਹੋਣੇ ਚਾਹੀਦੇ। ਪ੍ਰੋਫੈਸਰ ਸਾਧੂ ਸਿੰਘ ਵਰਗੇ ਬੰਦੇ ਬਿਲਕੁਲ MP ਨਹੀਂ ਹੋਣੇ ਚਾਹੀਦੇ। ਠੀਕ ਹੈ, ਔਰ ਜਿਹੜੇ ਉਹ ਕੋ ਖਾਲਸਾ ਜੀ ਸੀਗੇ ਫਤਿਹਗੜ੍ਹ ਸਾਹਿਬ ਤੋਂ, ਉਹ ਜਿਹੇ ਕੈਲੀਬਰ ਦੇ ਸੂਝ ਬੂਝ ਦੇ ਬੰਦੇ ਨਹੀਂ ਹੋਣੇ ਚਾਹੀਦੇ। ਬੰਦੇ ਨਹੀਂ ਹੋਣੇ ਚਾਹੀਦੇ MP? ਹਾਂਜੀ, ਬੀਬੀ ਹਰਸਿਮਰਤ ਕੌਰ ਠੀਕ ਹੈ, ਚੰਦੂ ਮਾਜਰੇ ਦੀ ਰਿਪਲੇਸਮੈਂਟ ਹੋਣੀ ਚਾਹੀਦੀ ਹੈ ਵੀਰ ਦਵਿੰਦਰ ਨਾਲ, ਵੀਰ ਦਵਿੰਦਰ ਬੈਟਰ ਪਾਰਲੀਮੈਂਟਰੀ ਹੈ। ਹਰਸਿਮਰਤ ਕੌਰ ਬਾਦਲ ਤੁਹਾਨੂੰ ਠੀਕ ਲੱਗਦੀ ਹੈ ਕਿ ਬਠਿੰਡਾ ਤੋਂ? ਹਾਂਜੀ ਠੀਕ ਹੈ। ਅੱਛਾ, ਕੀ ਖਾਸੀਅਤ ਲੱਗਦੀ ਹੈ ਉਹਨਾਂ ਦੇ ਅੰਦਰ? ਹਾਂਜੀ, ਕੀ ਖਾਸੀਅਤ ਲੱਗਦੀ ਹੈ ਉਹਨਾਂ ਦੇ ਅੰਦਰ? ਉਹਨਾਂ ਦੇ ਖਾਸੀਅਤ 'ਚ ਹੈ ਪੜ੍ਹੇ ਲਿਖੇ ਹੈ। ਅੱਛਾ, ਪੰਜਾਬ ਦੇ ਮੁੱਦੇ ਉੱਥੇ ਜਾ ਕੇ ਉਠਾ ਸਕਦੇ ਹੈ। ਅਗਰ ਉਹ ਅਪੋਜੀਸ਼ਨ 'ਚ ਵੀ ਬੈਠਣਗੇ, ਅਗਰ ਉਹ ਅਪੋਜੀਸ਼ਨ 'ਚ ਵੀ ਬੈਠਣਗੇ ਤਾਂ ਉਹ ਗੱਲ ਕਰ ਸਕਦੇ ਹੈ। ਅੱਛਾ ਠੀਕ ਹੈ ਜੀ। ਹਾਂ, ਬਾਕੀ ਉੱਥੇ ਚਲੋ ਅੰਮ੍ਰਿਤਸਰ 'ਤੇ ਔਜਲਾ ਕੈਂਡੀਡੇਟ ਠੀਕ ਹੈ, ਓਕੇ, ਯੰਗ ਮੈਨ ਹੈ, ਇੱਕ ਵਾਰੀ ਜਿੱਤ ਚੁੱਕਾ ਹੈ। ਸੁਨੀਲ ਚਾਖਰ ਗੁਰਦਾਸਪੁਰ ਤੋਂ ਠੀਕ ਹੈ। ਠੀਕ ਹੈ, ਲੁਧਿਆਣੇ ਤੋਂ ਇਹ ਜਿਹੜਾ BJP ਦਾ ਸਾਂਪਲਾ ਹੈ ਹੁਸ਼ਿਆਰਪੁਰ ਤੋਂ, ਇਹ ਵੀ ਠੀਕ ਹੈ। ਸੰਤੋਖ ਸਿੰਘ ਚੌਧਰੀ ਦੀ ਰਿਪਲੇਸਮੈਂਟ ਜ਼ਰੂਰੀ ਹੋਣੀ ਚਾਹੀਦੀ। ਠੀਕ ਹੈ ਜੀ, ਕਿਉਂਕਿ ਉਹਨਾਂ ਨੇ, ਮੈਂ ਤੁਹਾਡੀ ਉਹ ਟੇਪ ਵੀ ਸੁਣੀ ਹੈ, ਪਰ ਮੈਂ ਉਹਨਾਂ ਨੂੰ 5 ਸਾਲ ਉਹਨਾਂ ਨੇ ਕੱਖ ਵੀ ਨਹੀਂ ਕੀਤਾ, ਨਜ਼ਰ ਹੀ ਨਹੀਂ ਆਇਆ। ਅੱਜ ਟੇਪ, ਚਲੋ ਸ਼ੁਕਰ ਹੈ ਕਿ ਟੇਪ ਤਾਂ ਉਹਨਾਂ ਦੀ ਸਾਹਮਣੇ ਆਈ, ਪਤਾ ਤਾਂ ਚੱਲਿਆ ਕਿ ਜ਼ਮੀਨੀ ਪੱਧਰ ਤੇ ਕੀ ਕੰਮ ਕਰਦੇ ਨੇ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਤੁਹਾਡੀ। ਆਪਣੇ ਇੱਕ ਨਾਮ ਹੋਰ ਲੈਣਾ ਜੀ, ਜੀ ਜੀ, ਭਗਵੰਤ ਮਾਨ ਬਿਲਕੁਲ ਠੀਕ MP ਹੈ ਸੰਗਰੂਰ ਤੋਂ। ਸੋ ਜੀ ਧੰਨਵਾਦ। ਠੀਕ ਹੈ ਜੀ, ਮਿਹਰਬਾਨੀ। ਤੁਸੀਂ ਕਿਹਾ ਭਗਵੰਤ ਮਾਨ MP ਹੈ, ਲੇਕਿਨ ਵਿਰੋਧੀ ਧਿਰ ਕਹਿੰਦੇ ਆ ਬੜਾ ਵਧੀਆ ਕਮੇਡੀਅਨ ਵੀ ਹੈ ਉਹ, ਤੇ ਵਿਚਾਰ ਲਵਾਂਗੇ ਤੁਹਾਡੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਲੈ ਲੈਂਦੇ ਉਹਨਾਂ ਦੇ ਵਿਚਾਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਕੁਮਾਰ ਬੋਲ ਰਿਹਾ ਜੀ। ਜੀ ਜੀ ਰਾਜਕੁਮਾਰ ਜੀ, ਮੈਂ ਮਨਜੀਤ ਸਿੰਘ ਗਿੱਲ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਜੀ, ਜੋ ਸਾਡੇ ਇੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ ਜੀ, ਤੇ ਮੈਂ ਬੇਨਤੀ ਕਰਦਾ ਕਿ ਕਾਂਗਰਸ ਨੂੰ ਵੋਟਾਂ ਪਾਉਣ, ਲੋਕ ਇਸ ਗੱਲ 'ਤੇ ਪਾਉਣ ਕਿ ਕਿਉਂਕਿ ਸਾਨੂੰ ਅੱਜ ਇੰਡੀਅਨ ਪੋਲੀਟਿਕਸ ਦੇ ਵਿੱਚ ਸਾਨੂੰ ਲੋੜ ਹੈ, ਮੋਦੀਵਾਦ ਦੀ ਲੋੜ ਸਾਨੂੰ ਲੋੜ ਹੈ, ਨਾ ਤਾਂ ਸਾਡਾ ਹਿੰਦੂਵਾਦ ਹੋਏ, ਸਿੰਧੂਵਾਦ ਦੇ ਵਿੱਚ ਹੀ ਅਸੀਂ ਰੜੀਏ, ਅਤੇ ਨਾ ਹੀ ਅਸੀਂ ਇੱਕ ਵੱਖਰੀ ਕੌਮ ਦੇ ਤੌਰ 'ਤੇ ਇੱਥੇ ਹੈਗੇ ਹਾਂ, ਅਤੇ ਵੱਖਰੀ ਕੌਮ ਦੇ ਤੌਰ 'ਤੇ ਉੱਥੇ ਹੋਣਾ ਚਾਹੀਦਾ। ਠੀਕ ਹੈ ਜੀ, ਜਿਹੜੀ ਪਾਰਟੀ ਵੀ ਸਾਨੂੰ ਉੱਥੇ ਸਪੋਰਟ ਕਰ ਰਹੀ ਹੈ, ਇੱਕ ਕਾਂਗਰਸ ਤੋਂ ਛੁੱਟ ਸਾਡਾ ਆਰ ਸਹਾਰਾ ਕੋਈ ਨਹੀਂ, ਉੱਥੇ ਅਸੀਂ ਕਾਂਗਰਸ ਦੇ ਨਾਲ ਹੀ ਚੱਲਾਂਗੇ, ਅਤੇ ਕਾਂਗਰਸ ਦੇ ਨਾਲ ਹੀ ਜਿਹੜਾ ਅੱਗੇ ਤੋਂ ਕੰਮ ਕਰਨਾ ਹੈ।
ਠੀਕ ਹੈ ਜੀ। ਉਸਦੇ ਨਾਲ ਮੈਂ ਕਾਂਗਰਸ ਕਮੇਟੀ ਵੀ ਕਹਾਂਗਾ, ਉੱਥੇ ਦੇ ਆਪਣੇ ਕੈਪਟਨ ਸਾਹਿਬ ਨੂੰ ਵੀ ਕਹਾਂਗਾ ਕਿ ਰਾਹੁਲ ਗਾਂਧੀ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਕੋਲੋਂ ਪਹਿਲਾਂ ਜੋ ਕੁਝ ਵੀ ਵਾਪਰਿਆ ਉਹਦੇ ਵਾਪਰੇ ਅਤੇ ਉਹਨਾਂ ਨੇ ਉਹਨਾਂ ਦਾ ਉਹਦੇ ਵਿੱਚ ਕੋਈ ਹੱਥ ਹੱਥ ਨਹੀਂ ਸੀ। ਠੀਕ ਹੈ ਜੀ, ਉਸ ਗੱਲ ਦੀ ਮਾਫ਼ ਮੰਗਣ। ਅਤੇ ਇੱਥੇ ਜਿਹੜਾ ਵੀ ਕੰਮ ਹੈ ਅਤੇ ਵੋਟਾਂ ਪਾਉਣੀਆਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਪਾਉਣੀਆਂ, ਮੇਰੇ ਕਹਿਣ 'ਚ ਤਾਂ ਪਾਉਣੀਆਂ ਨੇ। ਠੀਕ ਹੈ ਜੀ, ਅਸੀਂ ਮੈਂ ਇਹੀ ਕਹਾਂਗਾ ਕਿ ਕਿਸੇ ਇੱਕ ਪਾਰਟੀ ਕੋਈ ਹਿੰਦੂਵਾਦ ਦੀ ਹੋਵੇ ਜਾਂ ਕਿਸੇ ਇੱਕ ਕ੍ਰਿਸਚਨ ਵਾਲੀ ਪਾਰਟੀ ਨੂੰ ਕੋਈ ਵੋਟ ਵੋਟਿੰਗ ਨਹੀਂ ਕਰਨੀ ਚਾਹੀਦੀ। ਤੁਹਾਡੀ ਗੱਲ ਪੂਰੀ ਜ਼ਰੂਰ ਸੁਣਨਾ ਚਾਹੁੰਦਾ ਸੀਗਾ। ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਵਿਚਾਰ ਸੁਣੇ ਸਾਡੇ ਕਾਲਰਸ ਦੇ ਵੀ, ਸਟਿੰਗ ਤੁਸੀਂ ਵੇਖਿਆ, 2019 ਦੇ ਵਿੱਚ ਕਿਹੜੇ 13 MP ਪੰਜਾਬ ਨੂੰ ਰੀਪ੍ਰਜੈਂਟ ਕਰਦੇ ਹੋਏ ਪਾਰਲੀਮੈਂਟ ਦੇ ਵਿੱਚ ਜਾਣੇ ਚਾਹੀਦੇ ਹਨ? ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਮੈਂ ਉਹਨਾਂ ਸਾਰੇ ਕਾਲਰਸ ਤੋਂ ਮਾਫ਼ੀ ਚਾਹਾਂਗਾ ਜਿਹਨਾਂ ਦੀ ਕਾਲਸ ਮੈਂ ਨਹੀਂ ਚੱਕ ਪਾਵਾਂ, ਕਿਉਂਕਿ ਮੈਨੂੰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ। ਲੇਕਿਨ ਮੈਂ ਜ਼ਰੂਰ ਚਾਹੁੰਦਾ ਕਿ ਤੁਸੀਂ ਮੈਨੂੰ ਮੇਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰੋ। ਕੱਲ੍ਹ ਅਸੀਂ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਔਰ ਕਰਾਂਗੇ ਵਿਚਾਰ ਵਟਾਂਦਰਾ, ਔਰ ਵੇਖਾਂਗੇ ਕੱਲ੍ਹ ਦਾ ਮਸਲਾ ਸਾਨੂੰ ਕੀ ਕੁਝ ਦਸਤਕ ਦਿੰਦਾ ਹੈ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਮੈਨੂੰ ਹਰਕਿਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।